ਸਮ੍ਰਿਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਜਗਤ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਗੁਰਦੁਆਰਾ ਖਾਲਸਾ ਦਰਬਾਰ ਨਗਰ ਉਪਨਹੇੜੀ ਵਿਖੇ ਦਮਦਮੇ ਟਕਸਾਲ ਦੇ ਬਾਰਵੇਂ ਮੁਖੀ ਸੱਠਖੰਡ ਵਾਸੀ ਪੰਥ ਰਤਨ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਨਾਮ ਗੁਰਬਾਣੀ ਦੇ ਰਸੀਏ ਪਵਿੱਤਰ ਆਤਮਾ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਉਪਨਹੇੜੀ ਵਾਲਿਆਂ ਦੇ ਸਾਲਾਨਾ ਜੋੜ ਮੇਲੇ ਦੇ ਸਮਾਗਮਾਂ ਉੱਤੇ ਹਾਜ਼ਰੀਆਂ ਭਰਨ ਦਾ ਸਤਸੰਗਤ ਕਰਨ ਦਾ ਹਜ਼ੂਰ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਇਹ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਪਰਸੋਂ ਰੋਜ਼ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਅਕਾਲੀ ਤੁਰਕੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ। ਇਹਨਾਂ ਦੇ ਭੋਗਾਂ ਦੇ ਸਮੇਂ ਆਪ ਜੀ ਨੇ ਹਾਜ਼ਰੀ ਭਰੀ ਹੈ ਔਰ ਨਾਲ ਨਾਲ ਪ੍ਰੇਮੀ ਸ਼ਰਧਾਲੂ ਗੁਰਸਿੱਖ ਸੰਗਤਾਂ ਨੇ 250 ਸਹਿਜ ਪਾਠ ਸੰਥਿਆ ਦੇ ਰੂਪ ਵਿੱਚ ਮਹਾਂਪੁਰਖਾਂ ਦੀ ਯਾਦ ਵਿੱਚ ਸੰਪੂਰਨ ਕੀਤੇ ਉਹਨਾਂ ਦੇ ਵੀ ਭੋਗ ਨਾਲ ਪਾਏ ਗਏ ਹਨ। ਸਤਿ ਸੰਗਤ ਜੀ, ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਤਾ ਜੈਕਾਰ ਕਰਾਈ। ਜੋ ਵਾਹਿਗੁਰੂ ਦੇ ਪਿਆਰੇ ਦਾਸ ਹੁੰਦੇ ਹੈ ਉਹ ਵਾਹਿਗੁਰੂ ਦਾ ਹੀ ਸਰੂਪ ਹੋਇਆ ਕਰਦੇ ਹਨ। ਦਸਮ ਪਿਤਾ ਜੀ ਨੇ ਬੜਾ ਸੁੰਦਰ ਇਹ ਬਚਨ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ, ਹਰ ਹਰ ਜਨ ਦੋਈ ਏਕ ਹੈ ਬਿਦ ਵਿਚਾਰ ਘਛਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਂ ਹੈ। ਦਸਮ ਬਾਣੀ ਦੇ ਵੀ 13 ਸਹਿਜ ਪਾਠ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਕੀਤੇ ਗਏ, ਉਹਨਾਂ ਦੇ ਵੀ ਭੋਗ ਸੰਪੂਰਨ ਪਾਏ ਗਏ ਹਨ। ਸਤਿਗੁਰੂ ਜੀ ਕਹਿੰਦੇ ਹੈ ਹਰੀ ਦੇ ਜਨ ਹਰੀ ਦਾ ਰੂਪ ਹੋਇਆ ਕਰਦੇ ਹਨ। ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਤੋਂ ਵੱਕ ਨਹੀਂ ਹੋ ਸਕਦੀਆਂ, ਇਸੇ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦਾ ਰੂਪ ਹੋ ਜਾਇਆ ਕਰਦੇ ਹਨ। ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਉਪਨਹੇੜੀ ਵਾਲੇ ਦਮਦਮੇ ਟਕਸਾਲ ਦੇ ਉਹਨਾਂ ਵਿਦਿਆਰਥੀਆਂ ਵਿੱਚੋਂ ਪਹਿਲੇ ਵਿਦਿਆਰਥੀ ਹਨ ਜਦੋਂ ਪੰਥ ਰਤਨ ਬ੍ਰਹਮ ਗਿਆਨੀ ਦਮਦਮੇ ਟਕਸਾਲ ਦੇ 11ਵੇਂ ਮੁਖੀ
ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਅਕਾਲ ਚਲਾਣਾ ਕਰ ਗਏ। ਉਸ ਤੋਂ ਉਪਰੰਤ ਮਹਾਂਪੁਰਖਾਂ ਨੇ ਕੁਝ ਸਮਾਂ ਨਗਰ ਬੋਪਰ ਰਾਏ ਕਲਾਂ ਵਿਖੇ ਜ਼ਿਲ੍ਹਾ ਲੁਧਿਆਣਾ ਵਿੱਚ ਮਹਾਂਪੁਰਖਾਂ ਦੇ ਸੱਚਖੰਡ ਗਮਨ ਅਸਥਾਨ ਗੁਰਦੁਆਰਾ ਸੱਚਖੰਡ ਬੋਪਰ ਰਾਏ ਕਲਾਂ ਵਿਖੇ ਵਿਦਿਆਰਥੀਆਂ ਨੂੰ ਨਾਲ ਰੱਖ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸੰਗਤਾਂ ਨੂੰ ਸਰਵਣ ਕਰਵਾਈ। ਉਸ ਤੋਂ ਉਪਰੰਤ ਮਹਾਂਪੁਰਖ ਸੰਗਤਾਂ ਦੇ ਵਿੱਚ ਜੱਥੇ ਨੂੰ ਨਾਲ ਲੈ ਕੇ ਜਦੋਂ ਵਿਚਰਨਾ ਸ਼ੁਰੂ ਕੀਤਾ ਤਾਂ ਉਹਨਾਂ ਪਹਿਲੇ ਵਿਦਿਆਰਥੀਆਂ ਵਿੱਚੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਉੱਪਰ ਹੇੜੀ ਵਾਲੇ ਸਨ, ਜਿਹੜੇ ਮਹਾਂਪੁਰਖਾਂ ਦੇ ਜਥੇ ਵਿੱਚ ਸ਼ਾਮਿਲ ਹੋਏ ਔਰ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਉਹਨਾਂ ਨੇ ਮਹਾਂਪੁਰਸ਼ਾਂ ਤੋਂ ਆਪ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, ਦਸਮ ਬਾਣੀ ਦੀ ਸੰਥਿਆ, ਨਾਲ ਨਾਲ ਗੁਰਬਾਣੀ ਦੇ ਅਰਥ, ਗੁਰ ਇਤਿਹਾਸ ਦੇ ਅਰਥ ਔਰ ਦਸਮ ਬਾਣੀ ਦੇ ਅਰਥ ਪੜ੍ਹਨਾ ਕੀਤੇ ਔਰ ਉਸ ਤੋਂ ਉਪਰੰਤ ਆਪ ਜੀ ਇੰਨੀ ਸ਼ਰਧਾ ਨਾਲ, ਇੰਨੀ ਭਾਵਨਾ ਨਾਲ, ਇੰਨੇ ਪ੍ਰੇਮ ਨਾਲ ਭਿੱਜ ਕੇ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ। ਜਦੋਂ ਮਹਾਂਪੁਰਖਾਂ ਨੇ ਅੰਮ੍ਰਿਤ ਵੇਲੇ ਕਥਾ ਕਰਨੀ ਤਾਂ ਆਪ ਜੀ ਨੇ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਅੰਮ੍ਰਿਤ ਵੇਲੇ ਦੀਵਾਨ ਵਿੱਚ ਆਪਣੇ ਮੁਖਾਰ ਬਿੰਦ ਤੋਂ ਕਰਨਾ ਔਰ ਉਸ ਤੋਂ ਉਪਰੰਤ ਮਹਾਂਪੁਰਖਾਂ ਨੇ ਸਤਿਗੁਰਾਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਸੰਗਤਾਂ ਨੂੰ ਸਰਵਣ ਕਰਵਾਉਣੀ। ਸ਼ਾਮ ਨੂੰ ਜਦੋਂ ਗੁਰ ਇਤਿਹਾਸ ਦੀ ਕਥਾ ਸਤਿਪੁਰਸ਼ ਕਰਿਆ ਕਰਦੇ ਤਾਂ ਆਪ ਜੀ ਕਥਾ ਤੋਂ ਪਹਿਲਾਂ ਕੀਰਤਨ ਦੀ ਹਾਜ਼ਰੀ, ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਾ। ਮੈਂ ਪੁਰਾਣੇ ਸਿੰਘਾਂ ਦੀ ਰਸਨਾ ਤੋਂ ਸੁਣਿਆ ਕਿ ਜਦੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਉੱਪਰ ਹੱਡੀ ਵਾਲੇ ਜਿਨ੍ਹਾਂ ਨੂੰ ਜਥੇ ਵਿੱਚ ਰਾਗੀ ਜੀ ਕਹਿ ਕੇ ਮਹਾਂਪੁਰਖ ਬੜਾ ਸਨਮਾਨ ਦਿਆ ਕਰਦੇ ਸਨ, ਜਦੋਂ ਉਹ ਗੁਰਬਾਣੀ ਦਾ ਕੀਰਤਨ ਕਰਦੇ ਇੰਨੀ ਉਹਨਾਂ ਦੀ ਰਸਨਾ ਵਿੱਚ ਮਿਠਾਸ, ਇੰਨਾ ਰਸ ਭਿੰਨਾ ਕੀਰਤਨ ਕਰਦੇ ਸਨ, ਜਦੋਂ ਸੰਗਤਾਂ ਉਹਨਾਂ ਦੀ ਰਸਨਾ ਤੋਂ ਕੀਰਤਨ ਸੁਣਿਆ ਕਰਦੀਆਂ ਸੰਗਤਾਂ ਦਾ ਮਨ ਗੁਰੂ ਕੀ ਬਾਣੀ ਵਿੱਚ ਔਰ ਗੁਰੂ ਕੇ ਨਾਮ ਵਿੱਚ ਜੁੜ ਜਾਇਆ ਕਰਦਾ ਔਰ ਸੰਗਤਾਂ ਦਾ ਮਨ ਪੂਰਨ ਰੂਪ ਦੇ ਵਿੱਚ ਇਕਾਗਰ ਹੋ ਜਾਇਆ ਕਰਦਾ ਸੀ। ਸਤਿ ਸੰਗਤ ਜੀ, ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਹੋ, ਇਹਨਾਂ ਨੇ ਜਥੇ ਵਿੱਚ ਰਹਿੰਦਿਆਂ ਹੀ ਪੰਜ ਬਾਣੀਆਂ, ਪੰਜ ਗ੍ਰੰਥੀ ਦਾ ਨਾਲ ਨਾਲ ਨਿਤਨੇਮ, ਬਿਨਾਂ ਨਾਮਦਾ ਇਹ ਨਿਤਨੇਮ ਕਰਦੇ ਔਰ ਮੂਲ ਮੰਤਰ ਦਾ ਅਭਿਆਸ ਵੀ ਨਾਲ ਨਾਲ ਕਰਦੇ ਸਨ। ਸੋ ਜਥੇ ਸੰਗਤ ਦੇ ਵਿੱਚ ਬਹੁਤ ਲੰਮਾ ਸਮਾਂ ਆਪ ਦੀ ਸੇਵਾ ਨਿਭਾਉਂਦੇ ਰਹੇ ਔਰ ਇਸ ਨਗਰ ਵਿੱਚ ਵੀ ਵੱਡੇ ਮਹਾਂਪੁਰਸ਼ਾਂ ਨੂੰ ਜਥੇ ਸਮੇਤ ਕੁਝ ਦਿਨਾਂ ਲਈ ਆਪਣੇ ਜਨਮ ਨਗਰ ਵਿੱਚ ਲੈ ਕੇ ਆਏ। ਇਹ ਨਗਰ ਉਹਨਾਂ ਮਹਾਂਪੁਰਖਾਂ ਦਾ ਜਨਮ ਨਗਰ ਹੈ, ਗੁਰਬਾਣੀ ਦਾ ਫੁਰਮਾਨ ਹੈ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਜਿਹੜੇ ਨਾਮ ਜਪਣ ਵਾਲੇ ਹੁੰਦੇ ਹੈ
ਉਹਨਾਂ ਦੀ ਦੇਹ, ਉਹਨਾਂ ਦੀ ਸਰੀਰ, ਉਹਨਾਂ ਦਾ ਸਰੀਰ, ਉਹਨਾਂ ਦਾ ਮਨੁੱਖਾ ਤਨ ਨਾਮ ਜਪ ਜਪ ਕੇ ਤਾਂ ਪਵਿੱਤਰ ਹੋ ਹੀ ਜਾਂਦਾ, ਬਲਕਿ ਉਹਨਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਦੇ ਨਾਮ ਦੀ ਧੁਨੀ ਜਾਰੀ ਰਹਿੰਦੀ ਹੈ। ਬਲਕਿ ਜਿਹੜੇ ਨਗਰ ਵਿੱਚ ਐਸੇ ਸਤਪੁਰਸ਼ ਪੈਦਾ ਹੋ ਜਾਂਦੇ ਹੈ, ਉਹ ਨਗਰ ਵੀ ਪਵਿੱਤਰ ਹੋ ਜਾਂਦਾ, ਪੂਜਨ ਯੋਗ ਹੋ ਜਾਂਦਾ, ਧੰਨਤਾ ਦੇ ਯੋਗ ਬਣ ਜਾਂਦਾ। ਸੋ ਸਾਧ ਸੰਗਤ ਜੀ, ਇਸ ਨਗਰ ਵਿੱਚ ਉਹਨਾਂ ਮਹਾਂਪੁਰਖਾਂ ਦੇ ਪ੍ਰੇਮ ਕਰਕੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਆਉਂਦੇ ਰਹੇ। ਉਹਨਾਂ ਦੇ ਪ੍ਰੇਮ ਨੂੰ ਮੁਕਰਾ ਕੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸਿੱਖ ਪੰਥ ਦੀ ਮਹਾਨ ਆਤਮਾ ਮਹਾਨ ਸੂਰਬੀਰ ਯੋਧੇ ਜਰਨੈਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇੱਥੇ ਆਉਂਦੇ ਰਹੇ ਔਰ ਮਹਾਂਪੁਰਖਾਂ ਦੇ ਸਮੇਂ ਦਾ ਬਚਨ ਮੈਂ ਸੁਣਿਆ ਅਤੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਸ ਨਗਰ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਉੱਪਰ ਹੇੜੀ ਵਾਲਿਆਂ ਨੂੰ ਮਿਲਣ ਵਾਸਤੇ ਆਏ, ਮਹਾਂਪੁਰਖਾਂ ਨੇ ਬਹੁਤ ਪ੍ਰੇਮ ਕੀਤਾ। ਸੱਜੇ ਪਾਸੇ ਇੱਥੇ ਕਮਰੇ ਸਨ ਜਿੱਥੇ ਮਹਾਂਪੁਰਖਾਂ ਨੂੰ ਮਹਾਂਪੁਰਖਾਂ ਦਾ ਮਿਲਾਪ ਹੋਇਆ। ਮਹਾਂਪੁਰਖਾਂ ਨੇ ਜਥੇ ਦੀ ਮਹਾਂਪੁਰਖਾਂ ਦੀ ਬੜੀ ਸ਼ਰਧਾ ਨਾਲ ਸਤਿਕਾਰ ਨਾਲ ਸੇਵਾ ਕੀਤੀ। ਉਸ ਤੋਂ ਬਾਅਦ ਨਗਰ ਦੀ ਸੰਗਤ ਦੇ ਮਨ ਵਿੱਚ ਚਾਅ ਹੋਇਆ ਕਿ ਅਸੀਂ ਸੰਤਾਂ ਦੇ ਨਾਲ ਇੱਕ ਫੋਟੋ ਇੱਕ ਤਸਵੀਰ ਕਰਾਈਏ, ਫੋਟੋ ਖਿਚਵਾਈਏ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੀ ਉਸ ਸਮੇਂ ਸਾਰੇ ਵਿਸ਼ਵ ਵਿੱਚ ਇੰਨੀ ਪ੍ਰਸਿੱਧੀ ਹੋ ਚੁੱਕੀ ਸੀ, ਜਿੱਧਰ ਨੂੰ ਵੀ ਉਹ ਜਾਂਦੇ ਸਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਉਹਨਾਂ ਦੇ ਦਰਸ਼ਨਾਂ ਦੀ ਉਡੀਕ ਕਰਦੀਆਂ ਸਨ ਔਰ ਸੰਗਤਾਂ ਉਹਨਾਂ ਨੂੰ ਘੰਟਿਆਂ ਬਧੀ ਦੀਵਾਨਾਂ ਵਿੱਚ ਉਡੀਕ ਉਡੀਕ ਕੇ ਜਿੰਨਾ ਚਿਰ ਮਹਾਂਪੁਰਖ ਪਹੁੰਚ ਨਾ ਜਾਂਦੇ ਉਹਨਾਂ ਚਿਰ ਸੰਗਤ ਚੌਂਕੜੇ ਮਾਰ ਕੇ ਦੀਵਾਨਾਂ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੈਠੀ ਰਹਿੰਦੀ ਔਰ ਮਹਾਂਪੁਰਸ਼ਾਂ ਤੋਂ ਗੁਰਬਾਣੀ ਦੀ ਕਥਾ ਗੁਰਮਤ ਦੇ ਬਚਨ ਸੁਣ ਕੇ ਹੀ ਸੰਗਤਾਂ ਫਿਰ ਰਵਾਨਾ ਹੋਇਆ ਕਰਦੀਆਂ ਸਨ ਔਰ 1981 ਵਿੱਚ 20 ਸਤੰਬਰ ਨੂੰ ਜਦੋਂ ਮਹਾਂਪੁਰਖਾਂ ਨੇ ਗ੍ਰਿਫਤਾਰੀ ਦਿੱਤੀ ਦਮਦਮੇ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਤੋਂ ਔਰ ਕੁਝ ਦਿਨ ਰਹਿ ਕੇ ਜੇਲ੍ਹ ਵਿੱਚੋਂ ਬਾਹਰ ਆਏ। ਉਸ ਸਮੇਂ ਇੱਕ ਇੱਕ ਦਿਨ ਵਿੱਚ 25-25 ਥਾਵਾਂ 'ਤੇ ਪਿੰਡਾਂ ਨਗਰਾਂ ਸ਼ਹਿਰਾਂ ਵਿੱਚ ਆਪ ਜੀ ਨੂੰ ਗੁਰਮਤ ਦੇ ਪ੍ਰਚਾਰ ਹਿੱਤ ਪ੍ਰੋਗਰਾਮਾਂ ਵਿੱਚ ਜਾਣਾ ਪਿਆ। ਸਾਧ ਸੰਗਤ ਜੀ, ਨਾਨਕ ਸਰ ਕਲੇਰਾਂ ਸੰਪਰਦਾਇ ਦੇ ਬੜੇ ਪ੍ਰਸਿੱਧ ਮਹਾਂਪੁਰਖ ਹੋਏ ਸੰਤ ਬਾਬਾ ਕੁੰਦਨ ਸਿੰਘ ਜੀ, ਉਹਨਾਂ ਨੇ ਬੜਾ ਪ੍ਰੇਮ ਕਰਕੇ ਮਹਾਂਪੁਰਖਾਂ ਨੂੰ ਨਾਨਕ ਸਰ ਕਲੇਰਾਂ ਵਿਖੇ ਬੁਲਾਇਆ ਔਰ ਸੰਤ ਬਾਬਾ ਕੁੰਦਨ ਸਿੰਘ ਜੀ ਨੇ ਬੜੀ ਸੇਵਾ ਔਰ ਮਹਾਂਪੁਰਖਾਂ ਦਾ ਸਤਿਕਾਰ ਕੀਤਾ ਤਾਂ ਸੰਤ ਬਾਬਾ ਕੁੰਦਨ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਮਾਂ ਪੁਰਖੋ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਈ ਦਿਨਾਂ ਤੋਂ ਆਰਾਮ ਨਹੀਂ ਕੀਤਾ, ਤੁਸੀਂ ਕਥਾ ਤੋਂ ਉਪਰੰਤ ਕੁਝ ਸਮਾਂ ਇੱਥੇ ਆਰਾਮ ਕਰੋ। ਸਤਸੰਗ ਜੀ, ਜਦੋਂ ਮਹਾਂਪੁਰਖਾਂ ਨੇ ਕਥਾ ਗੁਰਮਤ ਦਾ ਪ੍ਰਚਾਰ ਕਰਕੇ ਸੰਤ ਬਾਬਾ ਕੁੰਦਨ ਸਿੰਘ ਜੀ ਦੇ ਆਸਣ 'ਤੇ ਆਏ, ਕਹਿਣ ਲੱਗੇ, ਬਾਬਾ ਜੀ ਮੈਨੂੰ ਕਈ ਦਿਨ ਹੋ ਗਏ, ਨਾ ਮੈਂ ਦਿਨੇ ਸੁੱਤਾ ਨਾ ਮੈਂ ਰਾਤ ਸੁੱਤਾ, ਕਈ ਕਈ ਦਿਨ। ਉਹਨਾਂ ਦਾ ਐਸਾ ਤਪਸਵੀ ਸਰੀਰ ਸੀ ਸਤਸੰਗ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ 101 ਜਪਜੀ ਸਾਹਿਬ ਜੀ ਦਾ ਪਾਠ ਕਰਨਾ, 5 ਬਾਣੀਆਂ, 5 ਗ੍ਰੰਥੀ ਦਾ ਰੋਜ਼ਾਨਾ ਦਾ ਨਿਤਨੇਮ ਔਰ ਸੇਵਾ ਬੜੀ ਦ੍ਰਿੜਤਾ ਨਾਲ ਔਰ ਲੱਕ ਬੰਨ ਕੇ ਕਰਿਆ ਕਰਦੇ ਸਨ। ਇਸ ਕਰਕੇ ਜਿਹੜੀਆਂ ਤਪਸਵੀ ਰੂਹਾਂ ਹੁੰਦੀਆਂ ਨਾ, ਉਹਨਾਂ ਨੂੰ ਭੁੱਖ ਪਿਆਸ ਅਤੇ ਆਰਾਮ ਦੀ ਪਰਵਾਹ ਨਹੀਂ ਹੋਇਆ ਕਰਦੀ। ਉਹ ਭੁੱਖ ਪਿਆਸ ਅਤੇ ਆਰਾਮ ਤੋਂ ਉੱਤੇ ਚਲੇ ਜਾਂਦੇ। ਸੋ ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਮਹਾਂਪੁਰਖੋ ਮੈਨੂੰ ਕਈ ਦਿਨ ਹੋ ਗਏ, ਸੰਗਤਾਂ ਦਾ ਪਿਆਰ ਹੀ ਇਤਨਾ ਹੈ, ਸੇਵਾ ਹੀ ਇਤਨੀ ਕਠਿਨ ਲੱਗੀ ਹੋਈ ਹੈ ਕਿ ਰਾਤ ਨੂੰ ਵੀ ਸਮਾਗਮ ਔਰ ਦਿਨ ਨੂੰ ਵੀ ਲਗਾਤਾਰ ਸਮਾਗਮ ਚੱਲਦੇ ਰਹਿੰਦੇ ਹੈ। ਨਾ ਮੈਂ ਦਿਨੇ ਆਰਾਮ ਕੀਤਾ, ਨਾ ਮੈਂ ਰਾਤ ਨੂੰ ਆਰਾਮ ਕੀਤਾ। ਤਾਂ ਸੰਤ ਬਾਬਾ ਕੁੰਦਨ ਸਿੰਘ ਜੀ ਕਹਿਣ ਲੱਗੇ, ਫਿਰ ਅੱਜ ਅਸੀਂ ਤੁਹਾਨੂੰ ਆਰਾਮ ਕੀਤਿਆਂ ਤੋਂ ਬਿਨਾਂ ਇੱਥੋਂ ਜਾਣ ਨਹੀਂ ਦੇਣਾ। ਸਤਸੰਗ ਜੀ, ਮਹਾਂਪੁਰਖਾਂ ਨੇ 4-5 ਘੰਟੇ ਉੱਥੇ ਆਰਾਮ ਕੀਤਾ। ਜਦੋਂ ਤਿਆਰ ਹੋ ਕੇ ਤੁਰਨ ਲੱਗੇ, ਸੰਤ ਬਾਬਾ ਕੁੰਦਨ ਸਿੰਘ ਜੀ ਨੇ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਤੁਹਾਨੂੰ ਪਤਾ ਕਿ 20 ਸਤੰਬਰ ਤੋਂ ਲੈ ਕੇ ਅੱਜ ਤੱਕ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਆਪਣੀ ਕੰਧ, ਆਪਣੀ ਪਿੱਠ ਮੰਜੇ 'ਤੇ ਲਾ ਕੇ ਨਹੀਂ ਵੇਖੀ। ਜੇ ਜੇਲ੍ਹ ਵਿੱਚ ਰਹੇ ਤਾਂ 24 ਘੰਟੇ ਲਗਾਤਾਰ ਉੱਥੇ ਵੀ ਗੁਰਬਾਣੀ ਦਾ ਪਾਠ, ਨਿਤਨੇਮ ਅਭਿਆਸ ਕਰਦੇ ਰਹੇ। ਜੇਲ੍ਹ ਵਿੱਚ ਵੀ ਨਹੀਂ ਇਹ ਸੁੱਤੇ ਔਰ ਹੁਣ ਵੀ ਇਹਨਾਂ ਨੇ ਆਰਾਮ ਨਹੀਂ ਕੀਤਾ। ਤਾਂ ਹੀ ਮੈਂ ਜ਼ੋਰਦਾਰ ਬੇਨਤੀ ਕਰਕੇ ਇਹਨਾਂ ਨੂੰ ਆਰਾਮ ਕਰਨ ਲਈ ਇੱਥੇ ਰੋਕਿਆ। ਔਰ ਮਹਾਂਪੁਰਖ ਕਹਿਣ ਲੱਗੇ, ਬਾਬਾ ਜੀ, ਸੰਤ ਬਾਬਾ ਕੁੰਦਨ ਸਿੰਘ ਜੀ ਨੂੰ, ਤੇ ਬਾਬਾ ਜੀ ਅੱਜ ਤਾਂ ਮੈਂ ਕਈ ਮਹੀਨਿਆਂ ਦੀ ਨੀਂਦ ਲਾ ਲਈ, ਕਈ ਮਹੀਨਿਆਂ ਦਾ ਆਰਾਮ ਕਰ ਲਿਆ। ਸੋ ਸਤ ਸਿੰਘ ਜੀ ਉਹਨਾਂ ਦਾ ਇੰਨਾ ਸਨਮਾਨ ਔਰ ਇੰਨਾ ਸਤਿਕਾਰ ਸੀ, ਮੈਂ ਇਹ ਥੋੜ੍ਹੀ ਉਦਾਹਰਣ ਦਿੱਤੀ ਹੈ। ਜਦੋਂ ਇੱਥੇ ਵੀ ਆਏ ਸੰਗਤਾਂ ਨੂੰ ਬੜਾ ਚਾਅ ਹੋਇਆ ਤਾਂ ਸੰਗਤਾਂ ਉਹਨਾਂ ਦੇ ਨਾਲ ਤਸਵੀਰ ਕਰਾਉਣ ਵਾਸਤੇ ਤਿਆਰ ਹੋਈਆਂ। ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਮੁਸਕਰਾ ਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਉੱਪਰ ਹੇੜੀ ਵਾਲਿਆਂ ਨੂੰ ਅਤੇ ਸੰਗਤ ਨੂੰ ਕਹਿਣ ਲੱਗੇ, ਬਾਬਾ ਜੀ ਤਸਵੀਰ ਤਾਂ ਇਹਨਾਂ ਨੂੰ ਕਹੋ ਮੇਰੇ ਨਾਲ ਕਰਾ ਲੈਣ, ਜੀ ਸਦਕੇ ਫੋਟੋ ਕਰਾ ਲੈਣ ਮੇਰੇ ਨਾਲ। ਪਰ ਇਹ ਗੱਲ ਹੈ, ਇੱਕ ਦਿਨ ਐਸਾ ਸਮਾਂ ਆਏਗਾ ਕਿ ਮੇਰੀਆਂ ਫੋਟੋਆਂ ਜੇ ਧਰਤੀ ਦੇ ਵਿੱਚ ਵੀ ਦੱਬੀਆਂ ਹੋਇਆ ਕਰਨਗੀਆਂ ਨਾ, ਤਾਂ ਪੁਲਿਸ ਉਹਨਾਂ ਪਰਿਵਾਰਾਂ ਨੂੰ, ਉਹਨਾਂ ਸਿੰਘਾਂ ਨੂੰ ਫੜ ਕੇ ਉਹਨਾਂ 'ਤੇ ਤਸ਼ੱਦਦ ਕਰੇਗੀ ਔਰ ਧਰਤੀ ਵਿੱਚੋਂ ਵੀ, ਫਰਸ਼ਾਂ ਵਿੱਚੋਂ ਵੀ ਲੁਕੋਈਆਂ ਹੋਈਆਂ ਫੋਟੋਆਂ ਕਢਾ ਕੇ ਉਹਨਾਂ 'ਤੇ ਕੇਸ ਦਰਜ ਕਰੇਗੀ। ਇੱਕ ਦਿਨ ਸਮਾਂ ਐਸਾ ਹੋਣਾ
ਸੋ ਸਾਧ ਸੰਗਤ ਜੀ ਉਹ ਬਚਨ ਉਹਨਾਂ ਦਾ ਇੱਥੇ ਹੋਇਆ ਔਰ 1984 ਦੇ ਸਾਕੇ ਤੋਂ ਬਾਅਦ ਉਹਨਾਂ ਦੇ ਬਚਨ ਪੂਰੇ ਹੁੰਦੇ ਆਪਾਂ ਸੰਗਤਾਂ ਨੇ ਵੇਖੇ ਹੈ ਕਿ ਜਿਹਨਾਂ ਦੇ ਘਰਾਂ ਵਿੱਚੋਂ ਉਹਨਾਂ ਦੀ ਤਸਵੀਰ ਮਿਲਦੀ, ਜਿਹਨਾਂ ਸਿੰਘਾਂ ਕੋਲੋਂ ਉਹਨਾਂ ਦੀ ਤਸਵੀਰ ਮਿਲਦੀ, ਤਾਂ ਉਸ ਸਮੇਂ ਜ਼ਾਲਮ ਹਕੂਮਤ ਕਿੰਨਾ ਉਹਨਾਂ 'ਤੇ ਤਸ਼ੱਦਦ ਕਰਦੀ ਰਹੀ। ਪਰ ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਵੇਖੋ ਕਿ ਉਹਨਾਂ ਦੀ ਤਸਵੀਰ ਜਦੋਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੱਗੀ, ਅੱਜ ਦੁਨੀਆ ਭਰ ਦੇ ਹਰ ਸਿੱਖ ਦੇ ਘਰ ਵਿੱਚ ਔਰ ਗੁਰੂ ਘਰਾਂ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹਨ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਸੰਤ ਬਾਬਾ ਗੁਰਬਚਨ ਸਿੰਘ ਜੀ ਉੱਪਰ ਹੇੜੀ ਵਾਲਿਆਂ ਨਾਲ ਮਹਾਂਪੁਰਖਾਂ ਦਾ ਕਿੰਨਾ ਪ੍ਰੇਮ, ਫਿਰ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਜਦੋਂ ਵੀ ਇਸ ਇਲਾਕੇ ਵਿੱਚ ਆਉਂਦੇ ਤਾਂ ਇਸ ਸਥਾਨ 'ਤੇ ਬਾਬਾ ਜੀ ਨੂੰ ਜ਼ਰੂਰ ਮਿਲਣ ਵਾਸਤੇ ਆਉਂਦੇ ਔਰ ਮਿਲ ਕੇ ਅੱਗੇ ਜਾਇਆ ਕਰਦੇ ਸਨ। ਜਿੱਥੇ ਜਿੱਥੇ ਇਸ ਇਲਾਕੇ ਵਿੱਚ, ਜਿਵੇਂ ਪਟਿਆਲੇ ਸ਼ਹਿਰ ਵਿੱਚ, ਜਿੱਥੋਂ ਬਹੁਤ ਸੰਗਤ ਉਹਨਾਂ ਦੀ ਯਾਦ ਵਿੱਚ ਆਈ ਹੈ, ਉੱਥੇ ਵੀ ਮਹਾਂਪੁਰਖਾਂ ਨੂੰ ਬਾਬਾ ਜੀ ਜ਼ਰੂਰ ਮਿਲ ਕੇ ਕੁਝ ਸਮਾਂ ਪਾਸ ਰਹਿ ਕੇ ਅੱਗੇ ਜਾਇਆ ਕਰਦੇ ਸਨ। ਸੋ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਇਸ ਨਗਰ ਵਿੱਚ ਰਹਿ ਕੇ ਇਸੇ ਅਸਥਾਨ 'ਤੇ 1.25 ਲੱਖ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਔਰ 36 ਲੱਖ ਮੂਲ ਮੰਤਰ ਦਾ ਜਾਪ ਉਹਨਾਂ ਮਹਾਂਪੁਰਖਾਂ ਨੇ ਕੀਤਾ। ਇੰਨਾ ਵੱਡਾ ਗੁਰਬਾਣੀ ਦਾ ਅਭਿਆਸ, ਇੰਨਾ ਨਿਤਨੇਮ, ਇੰਨਾ ਸਿਮਰਨ ਔਰ ਗੁਰੂ ਕੀ ਬਾਣੀ ਦਾ ਇੰਨਾ ਕੀਰਤਨ ਉਹਨਾਂ ਨੇ ਸੰਗਤਾਂ ਨੂੰ ਸਰਵਣ ਕਰਵਾਇਆ। ਫਿਰ ਜਿਹੜੀ ਵੀ ਸੰਗਤ ਉਹਨਾਂ ਦੀ ਸੰਗਤ ਕਰਦੀ, ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਜ਼ਰੂਰ ਕਰਵਾਉਂਦੇ। ਸੰਤ ਬਾਬਾ ਪਾਲ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਨੂੰ ਸੱਚਖੰਡ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਥਾਂ ਅੱਗੇ ਸਾਰੀਆਂ ਸੇਵਾਵਾਂ ਜਾਰੀ ਰੱਖਣ ਵਾਸਤੇ ਉਹਨਾਂ ਮਹਾਂਪੁਰਖਾਂ ਨੇ ਹੁਕਮ ਲਾਇਆ, ਆਗਿਆ ਕੀਤੀ, ਸਿਰੋਪੋ ਬਖਸ਼ਿਸ਼ ਕੀਤਾ। ਇਹਨਾਂ ਦੇ ਘਰ ਵਿੱਚ ਵੀ ਲੰਮਾ ਸਮਾਂ ਮਹਾਂਪੁਰਖ ਰਹੇ ਔਰ ਇਹ ਸਾਰੇ ਪਰਿਵਾਰ ਨੇ ਉਹਨਾਂ ਦੀ ਸੰਗਤ ਵਿੱਚੋਂ ਹੀ ਗੁਰਬਾਣੀ ਦੀ ਸੰਥਿਆ, ਗੁਰਬਾਣੀ ਗੁਰ ਇਤਿਹਾਸ ਦੀ ਕਥਾ ਬਾਬਾ ਪਾਲ ਸਿੰਘ ਜੀ ਨੇ ਉਹਨਾਂ ਦੇ ਮੁਖਾਰ ਬਿੰਦ ਤੋਂ ਸਰਵਣ ਕੀਤੀ ਔਰ ਇਹ ਸਾਰੇ ਪਰਿਵਾਰ ਨੇ ਬੜੀ ਸ਼ਰਧਾ ਨਾਲ, ਬੜੇ ਪ੍ਰੇਮ ਨਾਲ ਉਹਨਾਂ ਮਹਾਂਪੁਰਖਾਂ ਦੀ ਸੇਵਾ ਕੀਤੀ। ਬੇਅੰਤ ਸੰਗਤਾਂ ਨੂੰ ਉਹਨਾਂ ਨੇ ਗੁਰਬਾਣੀ ਦੀ ਸ਼ੁੱਧ ਸੰਥਿਆ ਵੀ ਕਰਵਾਈ ਆਪਣੇ ਪਾਵਨ ਮੁਖਾਰ ਬਿੰਦ ਤੋਂ। ਇਸ ਨਗਰ ਵਿੱਚ ਵੀ ਔਰ ਜਿੱਥੇ ਜਿੱਥੇ ਵੀ ਜਾਂਦੇ ਰਹੇ, ਗੁਰਬਾਣੀ ਦੀ ਸੰਥਿਆ ਜ਼ਰੂਰ ਕਰਵਾਉਂਦੇ ਰਹੇ। ਸੋ ਇੰਨਾ ਪਰਉਪਕਾਰੀ ਉਹਨਾਂ ਮਹਾਂਪੁਰਖਾਂ ਦਾ ਜੀਵਨ ਸੀ, ਜਿਹਨਾਂ ਦੀ ਸੰਗਤ ਜੀ ਆਪਾਂ ਯਾਦ ਵਿੱਚ ਡੁੱਲ ਕੇ ਬੈਠੇ ਹਾਂ। ਬਹੁਤ ਹੀ ਸਨਮਾਨਯੋਗ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਤੋਂ ਵਰੋਸ ਆਏ ਹੋਏ, ਉਹਨਾਂ ਦਾ ਹੀ ਸਰੂਪ, ਜਿਹਨਾਂ ਨੇ ਉਹਨਾਂ ਮਹਾਂਪੁਰਖਾਂ ਦੇ ਚਰਨਾਂ 'ਚ ਰਹਿ ਕੇ ਲੱਕ ਬੰਨ ਕੇ ਲਗਾਤਾਰ ਨਾ ਦਿਨ ਵੇਖਿਆ ਨਾ ਰਾਤ ਵੇਖੀ, ਬਹੁਤ ਵੱਡੀ ਸੇਵਾ ਕੀਤੀ ਹੈ। ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ, ਉਹ ਵੀ ਸੰਗਤ ਦੇ ਵਿੱਚ ਸੁਭਾਈਮਾਨ ਹਨ।
ਸੋ ਸਾਧ ਸੰਗਤ ਜੀ, ਉਹ ਮਹਾਂਪੁਰਖ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ, ਉਹਨਾਂ ਦਾ ਸੰਤ ਬਾਬਾ ਅਜੀਤ ਸਿੰਘ ਜੀ ਹਰਸਾਲੀ ਵਾਲੇ ਮਹਾਂਪੁਰਖਾਂ ਨਾਲ ਵੀ ਬੜਾ ਅਥਾਹ ਪ੍ਰੇਮ ਸੀ। ਇਸ ਕਰਕੇ ਸਾਧ ਸੰਗਤ ਜੀ, ਐਸੇ ਸੰਤ ਪੁਰਸ਼ਾਂ ਦੀ ਯਾਦ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ, ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇੱਥੋਂ ਅਗਾਣੀ ਨਗਰ ਬੜਾ ਥੋੜ੍ਹੀ ਦੂਰੀ 'ਤੇ ਹੈ, ਉਸ ਨਗਰ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਪਾਏ। ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਉਸ ਨਗਰ ਵਿੱਚ ਚਰਨ ਪਾਏ ਹੈ। ਬਲਕਿ ਸਾਰਾ ਇਲਾਕਾ ਜਿੱਥੇ ਤੱਕ ਵੀ ਤੁਹਾਨੂੰ ਦੂਰ ਤੱਕ ਨਜ਼ਰ ਆਉਂਦਾ, ਇਹ ਸਾਰੇ ਇਲਾਕੇ ਵਿੱਚ ਹੀ ਨੌਵੇਂ ਗੁਰਦੇਵ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ। ਔਰ ਐਸੇ ਗਰੀਬ ਨਿਵਾੜ ਸਤਿਗੁਰੂ, ਇੰਨੀ ਤਿਆਗ ਅਤੇ ਵੈਰਾਗ ਦੀ ਮੂਰਤ, 26 ਸਾਲ ਤੋਂ ਉੱਤੇ ਅਰਸਾ, ਸਾਧ ਸੰਗਤ ਜੀ 26 ਸਾਲ 9 ਮਹੀਨੇ 13 ਦਿਨ ਲਗਾਤਾਰ ਬਾਬਾ ਬਕਾਲਾ ਸਾਹਿਬ ਭੂਰਾ ਸਾਹਿਬ ਦੇ ਵਿੱਚ ਚੌਂਕੜਾ ਲਾ ਕੇ ਆਪ ਜੀ ਨੇ ਨਾਮ ਦੀ ਗੁਰਬਾਣੀ ਦੀ ਕਮਾਈ ਕੀਤੀ, ਮਹਾਨ ਸਿਮਰਨ ਕੀਤਾ। ਉਹ ਸਤਿਗੁਰੂ ਜੀ ਨੇ ਸਾਨੂੰ ਅੰਮ੍ਰਿਤ ਰੂਪ ਸ਼੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, 3 ਤਰ੍ਹਾਂ ਦੇ ਬਖਤੇ ਮੰਨੇ ਜਾਂਦੇ ਹੈ। ਇੱਕ ਉੱਤਮ ਸ਼੍ਰੇਣੀ ਦੇ ਹੁੰਦੇ ਹੈ, ਇੱਕ ਮੱਧਮ ਸ਼੍ਰੇਣੀ ਦੇ ਹੁੰਦੇ ਹੈ, ਇੱਕ ਨੂੰ ਕਨਿਸ਼ਠ ਬਖਤਾ ਕਿਹਾ ਜਾਂਦਾ ਜਿਹੜਾ ਤੀਸਰੀ ਸ਼੍ਰੇਣੀ ਦਾ ਹੋਇਆ ਕਰਦਾ। ਉੱਤਮ ਬਖਤੇ ਬਾਬਤ ਇਹ ਵਿਚਾਰ ਆਉਂਦੀ ਹੈ ਕਿ ਉੱਤਮ ਬਖਤਾ ਹਮੇਸ਼ਾ ਆਪਣੇ ਮਨ ਨੂੰ ਉਪਦੇਸ਼ ਕਰਦਾ, ਆਪਣੇ ਮਨ ਨੂੰ ਸੰਬੋਧਨ ਕਰਕੇ ਆਪਣੇ ਆਪ 'ਤੇ ਉਸ ਉਪਦੇਸ਼ ਨੂੰ ਲਾਗੂ ਕਰਦਾ, ਆਪਣੇ ਮਨ ਨੂੰ ਉਪਦੇਸ਼ ਦਿੰਦਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਕੋਈ ਕਾਰਨ ਕੋਈ ਸਬੱਬ ਬਣਾ ਕੇ ਕਿਸੇ ਨੂੰ ਮੁਖਾਤਬ ਹੋ ਕੇ ਉਪਦੇਸ਼ ਦੇਣਾ, ਪਰ ਉਹ ਸਿੱਖਿਆ ਸਾਰੇ ਸੰਸਾਰ ਵਾਸਤੇ ਹੋਇਆ ਕਰਦੀ। ਸੋ ਸਾਧ ਸੰਗਤ ਜੀ, ਉੱਤਮ ਬਖਤਾ ਆਪਣੇ ਮਨ ਨੂੰ ਉਪਦੇਸ਼ ਦਿੰਦਾ, ਪਰ ਉੱਤਮ ਬਖਤੇ ਦੀ ਉਸ ਕਰਨੀ ਦੇ ਨਾਲ, ਜਦੋਂ ਉੱਤਮ ਬਖਤਾ ਆਪਣੇ ਮਨ ਨੂੰ ਸ਼ੁਭ ਸਿੱਖਿਆ ਸ਼ੁਭ ਉਪਦੇਸ਼ ਦਿੰਦਾ, ਔਰ ਉਸ ਉਪਦੇਸ਼ ਨੂੰ ਕਮਾਉਂਦਾ ਵੀ ਆਪਣੇ ਜੀਵਨ ਵਿੱਚ, ਜਦੋਂ ਉੱਤਮ ਬਖਤਾ ਆਪਣੇ ਮਨ ਨੂੰ ਉਪਦੇਸ਼ ਦਿੰਦਾ, ਤਾਂ ਉਸ ਦੇ ਉਪਦੇਸ਼ ਦਾ ਸਾਰੇ ਸੰਸਾਰ ਉੱਤੇ ਵੀ ਅਸਰ ਹੁੰਦਾ। ਗੁਰਬਾਣੀ ਦਾ ਫਰਮਾਨ ਹੈ, ਪਹਿਲੋ ਦੇ ਜੜ ਅੰਦਰ ਜੰਮੈ ਉੱਪਰ ਹੋਵੇ ਛਾਓ। ਪਹਿਲਾਂ ਬੀਜ ਧਰਤੀ ਵਿੱਚ ਉੱਗਦਾ, ਧਰਤੀ ਵਿੱਚ ਜੜ ਲੱਗਦੀ ਹੈ, ਫਿਰ ਬਾਹਰ ਆ ਕੇ ਉੱਤੇ ਸਾਰਿਆਂ ਨੂੰ ਛਾਂ ਦਿੰਦਾ। ਇਸੇ ਤਰ੍ਹਾਂ ਜਿਹੜਾ ਉੱਤਮ ਬਖਤਾ ਪਹਿਲਾਂ ਆਪਣੇ ਮਨ ਵਿੱਚ ਉਸ ਉਪਦੇਸ਼ ਨੂੰ ਕਮਾਉਂਦਾ ਔਰ ਆਪਣੇ ਮਨ ਦੇ ਪ੍ਰਥਾਏ ਉਪਦੇਸ਼ ਦਿੰਦਾ, ਫਿਰ ਉਹ ਦੂਸਰਿਆਂ ਨੂੰ ਉਪਦੇਸ਼ ਦਿਆ ਕਰਦਾ। ਔਰ ਮੱਧਮ ਜਿਹੜਾ ਬਖਤਾ ਹੈ, ਉਹ ਆਪਣੇ ਆਪ ਨੂੰ ਵੀ ਉਪਦੇਸ਼ ਦਿੰਦਾ, ਦੂਸਰਿਆਂ ਨੂੰ ਵੀ ਦਿੰਦਾ।
ਤ੍ਰਿਸ਼ਟ ਭਗਤਾ ਜਿਹੜਾ ਸਾਧ ਸੰਗਤ ਜੀ ਉਹ ਆਪ ਨਹੀਂ ਕਮਾਉਂਦਾ ਕਦੇ ਵਾਸਤੇ ਵੀ, ਉਹ ਦੂਸਰਿਆਂ ਨੂੰ ਉਪਦੇਸ਼ ਦਿੰਦਾ। ਇਸੇ ਕਰਕੇ ਉਸ ਨੂੰ ਮੱਧਮ ਸ਼੍ਰੇਣੀ ਵਿੱਚ, ਸਭ ਤੋਂ ਹੇਠਲੀ ਸ਼੍ਰੇਣੀ ਵਿੱਚ, ਤੀਸਰੇ ਦਰਜੇ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ। ਔਰ ਜਿਹੜਾ ਕਨਿਸ਼ਟ ਵਕਤਾ ਹੁੰਦਾ ਨਾ, ਉਹਦੇ ਉਪਦੇਸ਼ ਦਾ ਸੰਸਾਰ ਵਿੱਚ ਕੋਈ ਅਸਰ ਵੀ ਨਹੀਂ ਹੋਇਆ ਕਰਦਾ। ਉਹਦੇ ਵਿਚਾਰਾਂ ਦਾ ਦੂਸਰਿਆਂ ਉੱਤੇ ਪ੍ਰਭਾਵ ਵੀ ਨਹੀਂ ਕਦੇ ਪੈਂਦਾ। ਅੱਜ ਤੁਸੀਂ ਵੇਖ ਲਓ, ਜੇ ਆਪਾਂ ਕਹੀਏ, ਅੱਗੇ ਆਪਾਂ ਸਵਾਲ ਕਰਦੇ ਸਾਂ ਕਿ ਪ੍ਰਚਾਰ ਦੀ ਬੜੀ ਘਾਟ ਹੈ ਜੀ, ਬੜੀ ਘਾਟ ਹੈ, ਤਾਂ ਹੀ ਸੰਗਤਾਂ ਗੁਰਬਾਣੀ ਨਾਲ ਗੁਰਮਤ ਨਾਲ ਨਹੀਂ ਜੁੜ ਰਹੀਆਂ। ਪਰ ਜਿੰਨੇ ਹੁਣ ਪ੍ਰਚਾਰਕ ਪੈਦਾ ਹੋ ਚੁੱਕੇ ਹੈ ਸਾਧ ਸੰਗਤ ਜੀ, ਹੁਣ ਤਾਂ ਕੋਈ ਪ੍ਰਚਾਰ ਦੀ ਕਮੀ ਨਹੀਂ। ਦੋ ਦੋ ਚੌਂ ਚੌਂ ਨਗਰਾਂ ਪਿੱਛੇ ਪ੍ਰਚਾਰ ਹੋ ਰਿਹਾ, ਪਰ ਗਿਰਾਵਟ ਸਾਡੇ ਵਿੱਚ ਅੱਗੇ ਨਾਲੋਂ ਵੀ ਬਹੁਤ ਆ ਚੁੱਕੀ ਹੈ। ਸਿੱਖੀ ਦੇ ਸਿਧਾਂਤਾਂ ਵੱਲੋਂ, ਗੁਰਮਤ ਵੱਲੋਂ ਅਸੀਂ ਬਹੁਤ ਦੂਰ ਚਲੇ ਜਾ ਰਹੇ ਹਾਂ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਜਿਹੜੇ ਸਾਡੇ ਪ੍ਰਚਾਰਕ ਹੈ ਨਾ, ਉਹ ਆਪ ਗੁਰੂ ਦੇ ਉਪਦੇਸ਼ ਨੂੰ ਨਹੀਂ ਕਮਾਉਂਦੇ। ਜਿੱਥੇ ਤਿੰਨ ਤਰ੍ਹਾਂ ਦੇ ਵਕਤੇ ਹੈ ਨਾ, ਤਿੰਨ ਤਰ੍ਹਾਂ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਹੈ, ਉੱਥੇ ਸਾਧ ਸੰਗਤ ਜੀ ਗੁਰਸਿੱਖ ਦੇ ਜੀਵਨ ਦਾ ਵੀ ਪ੍ਰਚਾਰ ਹੈ। ਜਿਹੜਾ ਉੱਤਮ ਵਕਤਾ ਹੁੰਦਾ ਨਾ, ਜਿਹੜਾ ਆਪ ਉਪਦੇਸ਼ ਨੂੰ ਗੁਰੂ ਕੇ ਨੂੰ ਕਮਾਉਣ ਵਾਲਾ, ਉਹ ਆਪਣੇ ਮੁੱਖ ਤੋਂ ਕੋਈ ਵਚਨ ਕਵੇ ਨਾ ਕਵੇ, ਉਹਦੇ ਦਰਸ਼ਨ ਕਰਕੇ, ਉਹਦੀ ਸੰਗਤ ਕਰਕੇ ਵੀ ਦੂਸਰਿਆਂ ਦਾ ਭਲਾ ਹੋ ਜਾਂਦਾ। ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹਦੇ ਦਰਸ਼ਨ ਕਰਕੇ ਦੂਸਰਿਆਂ ਦਾ ਭਲਾ ਹੋ ਜਾਂਦਾ। ਉਹਦੀ ਰਹਿਣੀ ਬਹਿਣੀ ਨੂੰ ਵੇਖ ਕੇ, ਉਹਦੀ ਸੰਗਤ ਕਰਕੇ ਜਿਹੜੇ ਦੂਸਰੇ ਮਨਮੁਖ ਵੀ ਆ, ਉਹ ਵੀ ਗੁਰਮੁਖ ਬਣ ਜਾਂਦੇ। ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ, ਉਹਨਾਂ ਦਾ ਤੁਸੀਂ ਜੀਵਨ ਵੇਖਿਆ ਸਾਧ ਸੰਗਤ ਜੀ। ਬਾਬਾ ਜੀ ਨੂੰ ਕਈਆਂ ਦੇ ਮਨ ਵਿੱਚ ਖਿਆਲ ਹੋਏਗਾ ਵੀ ਸ਼ਾਇਦ ਬਾਬਾ ਜੀ ਵਿਦਵਾਨ ਨਹੀਂ ਸਨ, ਤਾਂ ਨਹੀਂ ਉਹ ਕਥਾ ਕਰਦੇ। ਇੱਕ ਬੜਾ ਵੱਡਾ ਭੁਲੇਖਾ ਪਾਇਆ ਗਿਆ। ਸਾਧ ਸੰਗਤ ਜੀ, ਬਾਬਾ ਜੀ ਨੇ ਵੱਡੇ ਮਹਾਂਪੁਰਖਾਂ ਕੋਲੋਂ ਬਹੁਤ ਲਗਾਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ ਸੰਥਿਆ ਕੀਤੀਆਂ ਔਰ ਕਥਾ ਸੁਣੀ। ਵੈਦ ਨਿਰੰਜਣ ਸਿੰਘ ਜੀ ਦੱਸਿਆ ਕਰਦੇ, ਕਈ ਵਾਰੀ ਸਿੰਘਾਂ ਨੇ ਕਹਿਣਾ ਬਾਬਾ ਜੀ ਕਥਾ ਨਹੀਂ ਕਰਦੇ, ਉਹ ਕਹਿੰਦੇ ਉਹਨਾਂ ਦੀ ਮੌਜ ਹੈ। ਪਰ ਕਹਿੰਦੇ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਸਾਰਾ ਇਤਿਹਾਸ ਮੇਰੇ ਕੋਲੋਂ ਪੜ੍ਹਿਆ। ਵੈਦ ਜੀ ਸਿੰਘਾਂ ਨੂੰ ਵਿੱਦਿਆ ਪੜ੍ਹਾਉਂਦੇ ਸਨ ਜੱਦੇ ਵਿੱਚ, ਔਰ ਕਹਿੰਦੇ ਸਾਰੇ ਗੁਰ ਇਤਿਹਾਸ ਦੀ ਕਥਾ ਵੱਡੇ ਮਹਾਂਪੁਰਸ਼ਾਂ ਤੋਂ ਉਹਨੇ ਸੁਣੀ ਹੈ। ਉਹ ਚਾਹੁਣ ਤਾਂ ਜਿੰਨਾ ਚਿਰ ਮਰਜ਼ੀ ਕਥਾ ਕਰ ਸਕਦੇ ਆ, ਉਹਨਾਂ ਦੀ ਇੱਛਾ ਨਹੀਂ ਕਰਦੇ। ਸਾਧ ਸੰਗਤ ਜੀ, ਬਾਬਾ ਜੀ ਗੁਰਬਾਣੀ ਦੇ ਅਰਥਾਂ ਦੇ, ਗੁਰ ਇਤਿਹਾਸ ਦੇ ਬਹੁਤ ਵੱਡੇ ਵਿਦਵਾਨ ਸਨ। ਕਈ ਵਾਰੀ ਗੁਰਬਾਣੀ ਦੀ ਕਥਾ ਕਰਨ ਵਾਲੇ ਸਿੰਘਾਂ ਨੇ ਕਈ ਅਰਥ ਛੱਡਦੇ ਨੇ ਨਾ ਕਥਾ ਕਰਦਿਆਂ, ਕੋਈ ਦ੍ਰਿਸ਼ਟਾਂਤ, ਕੋਈ ਪ੍ਰਮਾਣ, ਕੋਈ ਸਾਖੀ ਕਥਾ ਕਰਦਿਆਂ ਛੱਡਦੇ ਨੇ। ਕਥਾ ਤੋਂ ਬਾਅਦ ਕੋਲੇ ਬੁਲਾਉਣਾ ਔਰ ਕੋਲੇ ਬੁਲਾ ਕੇ ਸਮਝਾਉਣਾ, ਕਹਿਣਾ ਮਹਾਂਪੁਰਖਾਂ ਨੇ ਇੱਥੇ ਇਸ ਤਰ੍ਹਾਂ ਵੀ ਅਰਥ ਲਵਾਇਆ
ਔਰ ਇੰਨੇ ਅਰਥ ਉਹਨਾਂ ਨੇ ਕੀਤੇ ਸਨ, ਤੂੰ ਇਹ ਇਹ ਅਰਥ ਛੱਡ ਦਿੱਤੇ ਔਰ ਤੂੰ ਆਹ ਦ੍ਰਿਸ਼ਟਾਂਤ ਲਾਉਣ ਛੱਡਤਾ, ਤੂੰ ਗੁਰਬਾਣੀ ਦੀ ਗੁਰ ਇਤਿਹਾਸ ਦੀ ਗੁਰਬਾਣੀ ਦੇ ਆਸ਼ੇ ਮੁਤਾਬਕ ਆਹ ਸਾਖੀ ਵੀ ਨਹੀਂ ਸੰਗਤਾਂ ਨੂੰ ਸੁਣਾਇਆ। ਭਾ ਬਾਬਾ ਜੀ ਬਹੁਤ ਸੁਚੇਤ ਕਰਿਆ ਕਰਦੇ ਸਨ ਵਿਦਿਆਰਥੀਆਂ ਨੂੰ, ਉਹਨਾਂ ਨੂੰ ਆਪ ਦੱਸਿਆ ਕਰਦੇ ਕਿ ਗੁਰਬਾਣੀ ਦੇ ਆਹ ਆਹ ਅਰਥ ਇਸ ਤਰ੍ਹਾਂ ਸੰਗਤ ਨੂੰ ਸਰਵਣ ਕਰਵਾਓ। ਪਰ ਸਾਧ ਸੰਗਤ ਜੀ ਉਹਨਾਂ ਦੀ ਇੱਛਾ ਨਹੀਂ ਸੀ, ਕੇਵਲ ਪਤੇ ਬੁਲਾ ਕੇ ਸੰਗਤ ਦੇ ਦਰਸ਼ਨ ਕਰ ਲੈਣੇ। ਪਰ ਉਹਨਾਂ ਨੇ ਗੁਰੂ ਕਾ ਉਪਦੇਸ਼ ਸਵਾਸ ਸਵਾਸ ਕਮਾਇਆ ਅਤੇ ਉਹਨਾਂ ਦੇ ਦਰਸ਼ਨ ਕਰਕੇ ਹੀ ਸੰਗਤਾਂ ਦਾ ਭਲਾ ਹੋ ਜਾਂਦਾ ਸੀ। ਇੱਕ ਗਵਾਲੀਅਰ ਦੇ ਇਲਾਕੇ ਵਿੱਚ ਬੜੀ ਪਵਿੱਤਰ ਆਤਮਾ ਹੋਈ। ਅੱਜ ਤੋਂ 150 ਵਰ੍ਹਾ ਪਹਿਲਾਂ ਦਾ ਇਹ ਬਚਨ ਹੈ। ਉਹਨਾਂ ਦਾ ਨਾਮ ਸ਼ਲੂਨੇ ਵਾਲੇ ਬਾਬਾ ਜੀ ਕਰਕੇ ਬੜਾ ਪ੍ਰਸਿੱਧ ਹੈ। ਬੜੀਆਂ ਬਰਕਤਾਂ ਦੇ ਮਾਲਕ, ਬੜੀ ਕਰਨੀ ਵਾਲੀ ਆਤਮਾ ਸਨ। ਗੁਰੂ ਘਰ ਦੇ ਮਹਾਨ, ਗੁਰੂ ਕੇ ਪਿਆਰੇ ਸਿੱਖ ਸਨ ਸਾਧ ਸੰਗਤ ਜੀ। ਉਸ ਇਲਾਕੇ ਦੀਆਂ ਵੱਡੀਆਂ ਵੱਡੀਆਂ ਰਿਆਸਤਾਂ ਦੇ ਰਾਜੇ ਵੀ ਉਹਨਾਂ ਦੇ ਸੇਵਕ ਸਨ ਔਰ ਜਿਹੜਾ ਵੀ ਉਹਨਾਂ ਦੀ ਸੰਗਤ ਵਿੱਚ ਆਉਂਦਾ। ਸਾਧ ਸੰਗਤ ਜੀ ਚੋਬੇ ਰਾਓ ਬਨਾਇਕ ਗਵਾਲੀਅਰ ਦੇ ਇਲਾਕੇ ਦੀ ਰਿਆਸਤ ਦਾ ਇੱਕ ਰਾਜਾ ਉਹਨਾਂ ਦੇ ਦਰਸ਼ਨ ਕਰਨ ਆਇਆ ਔਰ ਜਦੋਂ ਦਰਸ਼ਨ ਕਰਨ ਆਇਆ ਉਹ ਤੰਬਾਕੂ ਦਾ ਸੇਵਨ ਕਰਿਆ ਕਰਦਾ ਸੀ, ਤੰਬਾਕੂ ਖਾਂਦਾ ਔਰ ਤੰਬਾਕੂ ਪੀਂਦਾ। ਮਹਾਂਪੁਰਸ਼ ਦੂਰੋਂ ਵੇਖ ਕੇ ਕਹਿਣ ਲੱਗੇ ਭਾਈ ਐਸੀ ਮਨੁੱਖਾ ਦੇਹ ਨੂੰ ਪਾ ਕੇ ਜਿਹਦੀ ਕੋਈ ਕੀਮਤ ਨਹੀਂ, ਜਿਹੜੀ ਦੁਨੀਆਂ ਦਾ ਧਨ ਖਰਚ ਕਰਕੇ ਵੀ ਜਿਹੜੀ ਪ੍ਰਾਪਤ ਨਹੀਂ ਹੋ ਸਕਦੀ, ਪਰ ਇਹ ਮਨੁੱਖ ਐਸੀ ਅਮੋਲਕ ਮਨੁੱਖਾਂ ਨੂੰ ਦੇਹ ਨੂੰ ਪ੍ਰਾਪਤ ਕਰਕੇ ਕਿੰਨੀਆਂ ਭੈੜੀਆਂ ਵਸਤੂਆਂ ਦਾ ਪ੍ਰਯੋਗ ਕਰਦਾ, ਜੀਵਨ ਵਿੱਚ ਖਾਂਦਾ ਪੀਂਦਾ, ਕਿ ਐਸੇ ਮਨੁੱਖ ਦੇ ਮੂੰਹ ਵਿੱਚੋਂ ਜਦੋਂ ਦੁਰਗੰਧੀ ਆਉਂਦੀ ਹੈ ਤਾਂ ਕੋਲੇ ਕੋਈ ਬੈਠ ਨਹੀਂ ਸਕਦਾ। ਕੇਵਲ ਇਸ਼ਾਰਾ ਹੀ ਕੀਤਾ ਚੋਬੇ ਰਾਏ ਬਨਾਇਕ ਨੂੰ, ਇੰਨਾ ਹੀ ਬਚਨ ਕੀਤਾ, ਕੇਵਲ ਇੰਨਾ ਹੀ ਬਚਨ, ਔਰ ਸਿੱਧੇ ਰੂਪ ਵਿੱਚ ਵੀ ਬਚਨ ਨਹੀਂ ਕੀਤਾ। ਹੱਥ ਜੁੜ ਕੇ ਕਹਿਣ ਲੱਗਾ, ਮਹਾਂਪੁਰਖੋ ਕਿਰਪਾ ਕਰੋ, ਮੈਂ ਅੱਜ ਤੋਂ ਤੰਬਾਕੂ ਦਾ ਸੇਵਨ ਕਰਨਾ, ਤੰਬਾਕੂ ਪੀਣਾ ਅੱਜ ਤੋਂ ਹੀ ਤਿਆਗ ਦਿੱਤਾ, ਤੁਹਾਡੇ ਦਰਸ਼ਨਾਂ ਦਾ ਮੇਰੇ ਉੱਤੇ ਇੰਨਾ ਪ੍ਰਭਾਵ ਪਿਆ ਔਰ ਤੰਬਾਕੂ ਦੀ ਬੁਰੀ ਆਦਤ ਛੁੱਟ ਗਈ। ਉਹਨੇ ਬੇਨਤੀ ਕੀਤੀ, ਮਹਾਰਾਜ ਅੰਗਰੇਜ਼ਾਂ ਦਾ ਰਾਜ ਆ ਰਿਹਾ ਬੜੀ ਜਲਦੀ ਔਰ ਸਾਡੀਆਂ ਰਿਆਸਤਾਂ ਦੇ ਵਿੱਚ ਬੜੇ ਝਗੜੇ ਪਏ ਹੋਏ ਹੈ, ਕਿਰਪਾ ਕਰੋ, ਉਹਨਾਂ ਝਗੜਿਆਂ ਦਾ ਵੀ ਮੈਂ ਬੜਾ ਸ਼ਿਕਾਰ ਹੈ, ਬੜਾ ਦੁਖੀ ਹੈ, ਅਤੇ ਮੇਰਾ ਖਹਿੜਾ ਛਡਾਓ। ਕਹਿਣ ਲੱਗੇ ਚੋਬੇ ਰਾਓ ਬਨਾਇਕ, ਤੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਆ। ਕਹਿਣ ਲੱਗਾ, ਜੀ ਕਿਵੇਂ ਜਾਵਾਂ? ਕਹਿਣ ਲੱਗੇ, ਰਾਜਾ ਬਣ ਕੇ ਨਹੀਂ ਜਾਣਾ, ਇਕੱਲੇ ਪੈਦਲ ਤੁਰ ਕੇ ਜਾਣਾ ਔਰ ਸਾਦਗੀ ਨਾਲ ਜਾਣਾ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰ ਔਰ ਕੜਾਹ ਪ੍ਰਸ਼ਾਦੀ ਦੇਰ ਕਰਾ ਕੇ ਆ, ਤੇਰੇ ਸਾਰੇ ਦੁੱਖ ਕੱਟੇ ਜਾਣਗੇ। ਉਹ ਰਾਜਾ ਹਰਿਮੰਦਰ ਸਾਹਿਬ ਦੇ ਪੈਦਲ ਚੱਲ ਕੇ ਆਇਆ ਦਰਸ਼ਨ ਕਰਨ, ਜਿਹਨਾਂ ਨੂੰ ਹਰਿਮੰਦਰ ਸਾਹਿਬ ਦਾ
ਕਦੇ ਨਾਮ ਵੀ ਨਹੀਂ ਸੁਣਿਆ ਸੀ। ਸਾਧ ਸੰਗਤ ਜੀ ਜਦੋਂ ਦਰਸ਼ਨ ਕਰਕੇ ਹਾਜ਼ਰੀ ਭਰ ਕੇ ਇਸ਼ਨਾਨ ਕਰਕੇ ਸਰੋਵਰ ਵਿੱਚ ਵਾਪਸ ਗਿਆ, ਜਾਂਦੇ ਉਹਨੂੰ ਸਾਰੇ ਮੁਕੱਦਮੇ ਵਿੱਚੋਂ ਬਰੀ ਹੋ ਚੁੱਕਾ ਸੀ। ਉਹਨਾਂ ਦੀ ਐਸੀ ਕਰਨੀ ਸੀ। ਇੱਕ ਵੇਰੀ ਗਵਾਲੀਅਰ ਦੇ ਰਾਜੇ ਨੇ ਬੇਨਤੀ ਕੀਤੀ ਉਹਨਾਂ ਮਹਾਂਪੁਰਖਾਂ ਨੂੰ, ਕਹਿਣ ਲੱਗਾ ਜੀ ਮੇਰੀਆਂ ਰਾਣੀਆਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ। ਮਹਾਂਪੁਰਖ ਕਹਿਣ ਲੱਗੇ ਭਾਈ ਅਸੀਂ ਮਰਜ਼ਾਦਾ ਪੁਰਸ਼ੋਤਮ ਹੈ, ਸਾਡੇ ਸਰੀਰ ਦੇ ਉੱਤੇ ਵਸਤਰ ਨਹੀਂ ਪਾਏ ਹੋਏ, ਅਸੀਂ ਕਿਸੇ ਤੋਂ ਕੋਈ ਵਸਤੂ ਅੱਜ ਤੱਕ ਮੰਗੀ ਨਹੀਂ, ਨਾ ਕਿਸੇ ਦੀ ਸਵੀਕਾਰ ਕਰੀ, ਪਰ ਅਸੀਂ ਆਪਣੇ ਤੇੜ ਦਾ ਵਸਤਰ ਕਸ਼ਹਿਰਾ ਜ਼ਰੂਰ ਹੈ, ਬਾਕੀ ਦੇ ਸਰੀਰ ਉੱਤੇ ਸਾਡੇ ਕੋਈ ਵਸਤਰ ਨਹੀਂ। ਜੇ ਰਾਣੀਆਂ ਨੇ ਦਰਸ਼ਨ ਕਰਨੇ ਆ ਪਹਿਲਾਂ ਸਾਨੂੰ ਵਸਤਰ ਸੁਆ ਕੇ ਦੇ, ਅਸੀਂ ਮਰਜ਼ਾਦਾ ਤੋਂ ਬਿਨਾਂ ਦਰਸ਼ਨ ਨਹੀਂ ਦੇ ਸਕਦੇ। ਰਾਜਾ ਕਹਿਣ ਲੱਗਾ ਜੀ ਧੰਨ ਭਾਗ, ਆਪਣਾ ਦਰਜੀ ਲੈ ਕੇ ਆਇਆ, ਉਦੋਂ ਹੱਥਾਂ ਨਾਲ ਹੀ ਕੱਪੜੇ ਸੀਆ ਕਰਦੇ ਸਨ। ਰਾਜਾ ਕਹਿਣ ਲੱਗਾ ਆਪਣੇ ਦਰਜੀ ਨੂੰ ਜੋ ਰਾਜ ਦਰਬਾਰ ਦੇ ਕੱਪੜਿਆਂ ਦੀ ਸਿਲਾਈ ਕਰਨ ਵਾਲਾ ਸੀ, ਕਹਿਣ ਲੱਗਾ ਜੇ ਮਹਾਂਪੁਰਖਾਂ ਦੇ ਤੇਰੇ ਸੀਤੇ ਹੋਏ ਕੱਪੜੇ ਪੂਰੇ ਮੇਜ ਵਿੱਚ ਆ ਗਏ ਨਾ, ਮੂੰਹ ਮੰਗਿਆ ਤੈਨੂੰ ਇਨਾਮ ਦਿਆਂਗਾ, ਜੋ ਮਰਜ਼ੀ ਮੰਗ ਲਈ ਮੇਰੇ ਕੋਲ, ਭਾਵੇਂ ਰਿਆਸਤ ਦਾ ਰਾਜ ਮੰਗ ਲਈ ਉਹ ਵੀ ਤੈਨੂੰ ਦੇ ਦਿਆਂ। ਐਡੇ ਵੱਡੇ ਇਹ ਮਹਾਂਪੁਰਖ ਹਨ, ਐਡੀ ਵੱਡੀ ਇਹਨਾਂ ਦੀ ਕਮਾਈ ਹੈ, ਪਰ ਉਹਨਾਂ ਦੇ ਸਰੀਰ ਦੇ ਨੇੜੇ ਜਾਣ ਦਾ ਹੁਕਮ ਨਹੀਂ, ਦੂਰੋਂ ਹੀ ਆਪਣੇ ਅੰਦਾਜ਼ੇ ਨਾਲ ਮੇਜ ਲੈਣਾ ਕਰ। ਜਦੋਂ ਦੂਰੋਂ ਖੜ ਕੇ ਦਰਸ਼ਨ ਕੀਤੇ ਮੇਜ ਲਿਆ ਨਾ ਸਾਧ ਸੰਗਤ ਜੀ, ਤਾਂ ਮਹਾਂਪੁਰਖਾਂ ਨੇ ਨਿਗਾਹ ਭਰ ਕੇ ਤੱਕਿਆ, ਅੰਦਰੋਂ ਆਤਮਾ ਕੰਬ ਗਈ, ਵਸਤਰ ਸਲਾਏ। ਜਦੋਂ ਮਹਾਂਪੁਰਸ਼ਾਂ ਦੇ ਪਾਸ ਰਾਜਾ ਲੈ ਕੇ ਆਇਆ, ਵਸਤਰ ਧਾਰਨ ਕੀਤੇ, ਤਾਂ ਸਾਧ ਸੰਗਤ ਜੀ ਐਸੀ ਅੰਮ੍ਰਿਤ ਦ੍ਰਿਸ਼ਟੀ ਪਾਈ ਉਸ ਵਿਅਕਤੀ ਦੇ ਉੱਤੇ। ਉਹ ਨਿਤ ਬੇਸਵਾ ਦੇ ਦੁਆਰੇ ਜਾਣ ਵਾਲਾ ਪਾਪੀ ਮਨੁੱਖ ਸੀ, ਨਿਤ ਅਪਰਾਧ, ਔਰ ਉਸ ਦਿਨ ਤੋਂ ਉਹਦਾ ਇਹ ਐਬ ਹੀ ਹਮੇਸ਼ਾ ਲਈ ਛੁੱਟ ਗਿਆ। ਉਸ ਦਿਨ ਹਮੇਸ਼ਾ ਐਸੀ ਅੰਮ੍ਰਿਤ ਦੀ ਦ੍ਰਿਸ਼ਟੀ, ਐਸੀ ਕਰਨੀ ਉਹਨਾਂ ਮਹਾਂਪੁਰਖਾਂ ਦੀ ਕਿ ਉਹਦੇ ਸਾਰੇ ਗੁਨਾਹ ਸਾਰੀਆਂ ਪਾਪਾਂ ਦੀਆਂ ਮੈਲਾਂ ਉਹਦੀਆਂ ਧੋ ਦਿੱਤੀਆਂ ਉਹਨਾਂ ਨੇ ਅੰਮ੍ਰਿਤ ਦ੍ਰਿਸ਼ਟੀ ਪਾ। ਇਹ ਸਾਰੀ ਗਾਥਾ ਡਾਕਟਰ ਭਾਈ ਵੀਰ ਸਿੰਘ ਜੀ ਨੇ ਉਹਨਾਂ ਦੇ ਜੀਵਨ ਉੱਤੇ ਲਿਖੀ। ਸੋ ਸਾਧ ਸੰਗਤ ਜੀ ਕਹਿਣ ਤੋਂ ਭਾਵ ਜਿਹੜੇ ਉੱਤਮ ਵਕਤੇ ਹੁੰਦੇ ਆ ਨਾ ਐਸੇ ਮਹਾਂਪੁਰਖ, ਉਹਨਾਂ ਨੂੰ ਕਿਸੇ ਨੂੰ ਉਪਦੇਸ਼ ਨਹੀਂ ਦੇਣਾ ਪੈਂਦਾ, ਉਹਨਾਂ ਦੇ ਬਚਨਾਂ ਨਾਲ ਉਹਨਾਂ ਦੇ ਦਰਸ਼ਨਾਂ ਨਾਲ ਹੀ ਪਾਪੀਆਂ ਦੇ ਪਾਪ ਛੁੱਟ ਜਾਂਦੇ, ਔਰ ਉਹ ਆਪਣੇ ਮਨ ਉੱਤੇ ਹੀ ਸਾਰਾ ਉਪਦੇਸ਼ ਲਾਗੂ ਕਰਦੇ ਆ। ਔਰ ਮੱਧਮ ਵਕਤਾ ਜਿਹੜਾ ਉਹ ਆਪ ਵੀ ਕਮਾਉਂਦਾ, ਦੂਸਰਿਆਂ ਨੂੰ ਵੀ ਉਪਦੇਸ਼ ਦਿੰਦਾ, ਔਰ ਉਹਦੇ ਉਪਦੇਸ਼ ਦਾ ਵੀ ਅਸਰ ਪੈਂਦਾ। ਕਮਾਉਣ ਵਾਲਾ ਜੇ ਅੱਗੇ ਉਪਦੇਸ਼ ਦਏਗਾ ਉਹਦਾ ਵੀ ਅਸਰ ਪਏਗਾ। ਅੱਜ ਦੇ ਪ੍ਰਚਾਰਕਾਂ ਦਾ ਜਿਹੜਾ ਆਪਣਾ ਜੀਵਨ ਨਹੀਂ ਗੁਰਮਤਿ ਦੇ ਆਸ਼ੇ ਅਨੁਸਾਰ, ਨਾ ਰਹਿਤ ਬਹਿਤ, ਨਾ ਬਾਣੀ, ਨਾ ਸਿਮਰਨ, ਨਾ ਸੇਵਾ, ਅਸਰ ਕੀ ਪੈਣਾ ਸੰਗਤ ਦੇ ਉੱਤੇ? ਜੇ ਸਾਡੇ ਵਿੱਚ ਕੋਈ ਕਰਨੀ ਵਾਲੀ ਇੱਕ ਆਤਮਾ ਵੀ ਹੋਵੇ ਨਾ,
ਜਿੰਨੀ ਵੀ ਸੰਗਤ ਉਹਨਾਂ ਦੇ ਸੰਪਰਕ ਵਿੱਚ ਆਉਂਦੀ ਹੈ ਉਹ ਵੀ ਧੰਨਤਾ ਦੇ ਯੋਗ ਬਣਦੇ। ਕਰਨੀ ਵਾਲੀ ਆਤਮਾ ਸਨ ਸੰਤ ਬਾਬਾ ਗੁਰਬਚਨ ਸਿੰਘ ਜੀ ਉੱਪਰ ਜਿਹੜੀ ਵਾਲੇ ਅੱਜ ਆਪਾਂ ਸੰਗਤ ਦੇ ਦਰਸ਼ਨ ਕਰ ਰਹੇ ਹਾਂ। ਉਹਨਾਂ ਦੀ ਸੰਗਤ ਦਾ, ਉਹਨਾਂ ਦੇ ਬਚਨਾਂ ਦਾ, ਉਹਨਾਂ ਦੀ ਕਥਾ ਦਾ, ਉਹਨਾਂ ਦੇ ਗੁਰਮਤਿ ਦੇ ਪ੍ਰਚਾਰ ਦਾ ਐਸਾ ਪ੍ਰਭਾਵ ਹੈ ਕਿ ਅੱਗੇ ਤੋਂ ਅੱਗੇ ਵੀ ਉਹਨਾਂ ਦੇ ਸੰਗਤ ਬਚਨ ਸੁਣ ਕੇ ਗੁਰਸਿੱਖੀ ਦੀ ਧਾਰਨ ਬਣੀ ਜਾਂਦੀ ਹੈ। ਇੰਨੀਆਂ ਸੰਗਤਾਂ ਬਾਣੀ ਨਾਲ, ਨਾਮ ਨਾਲ, ਗੁਰਮਤਿ ਨਾਲ ਜੁੜ ਚੁੱਕੀਆਂ, ਇਹ ਉਹਨਾਂ ਦੀ ਕਰਨੀ ਦਾ ਅਸਰ ਹੈ। ਸੋ ਸਾਧ ਸੰਗਤ ਜੀ ਕਨਿਸ਼ਠ ਭਗਤਾਂ, ਅੱਜ ਸਿੱਖ ਪੰਥ ਦੇ ਵਿੱਚ ਕਨਿਸ਼ਠ ਭਗਤਿਆਂ ਦਾ ਜ਼ੋਰ ਹੈ, ਤੀਸਰੀ ਸ਼੍ਰੇਣੀ ਦੇ ਭਗਤਿਆਂ ਦਾ ਜ਼ੋਰ ਹੈ, ਤਾਂ ਹੀ ਐਡਾ ਵੱਡਾ ਸਾਡੇ ਉੱਤੇ ਅਸਰ ਨਹੀਂ। ਸੰਤ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ ਕਲਕੱਤੇ ਦੀ ਧਰਤੀ ਤੇ ਗਏ ਸਾਧ ਸੰਗਤ ਜੀ, ਇੱਕ ਮਹੀਨਾ ਲਗਾਤਾਰ ਕੀਰਤਨ ਕੀਤਾ ਔਰ ਲੱਖਾਂ ਹੀ ਸੰਗਤਾਂ ਕੀਰਤਨ ਕਥਾ ਸੁਣਨ ਆਇਆ ਕਰਦੀਆਂ। ਜਿਸ ਦਿਨ ਸਮਾਪਤੀ ਕਰਨੀ ਸੀ ਉਸ ਦਿਨ ਕਹਿਣ ਲੱਗੇ, ਭਾਈ ਸੰਗਤ ਜੀ ਅਸੀਂ ਕੱਲ੍ਹ ਨੂੰ ਚਲੇ ਜਾਣਾ, ਵੱਡਿਆਂ ਭਾਗਾਂ ਵਾਲੇ ਪ੍ਰਾਣੀ ਜਿਹਨਾਂ ਦੇ ਕਰਮ ਜਾਗੇ ਹੈ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਲਈ ਤਿਆਰ ਹੋ, ਅੱਜ ਅੰਮ੍ਰਿਤ ਸੰਚਾਰ ਹੋਏਗਾ। ਸਾਧ ਸੰਗਤ ਜੀ ਇੰਨਾ ਹੀ ਵਚਨ ਕੀਤਾ, ਕੇਵਲ ਉਹਨਾਂ ਸਮਿਆਂ ਵਿੱਚ 50,000 ਪ੍ਰਾਣੀ ਅੰਮ੍ਰਿਤ ਛਕਣ ਲਈ ਤਿਆਰ ਹੋਏ, 50,000। ਔਰ ਜਦੋਂ ਅੰਮ੍ਰਿਤ ਸੰਚਾਰ ਮਹਾਂਪੁਰਖਾਂ ਨੇ ਆਪ ਲੱਗ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਈ, ਅੰਮ੍ਰਿਤ ਛਕਾਇਆ, ਅੰਮ੍ਰਿਤ ਸੰਚਾਰ ਤੋਂ ਬਾਅਦ ਜਦੋਂ ਦੂਸਰੇ ਤੀਸਰੇ ਦਿਨ ਜਾਣ ਲੱਗੇ, ਉੱਥੋਂ ਦੇ ਅਖਬਾਰ ਨਵੀਸ ਬੜੇ ਵੱਡੇ ਵੱਡੇ ਸਕਾਲਰ ਉਹਨਾਂ ਦੇ ਪਾਸ ਆਏ, ਸਵਾਲ ਕੀਤਾ, ਕਹਿਣ ਲੱਗੇ ਬਾਬਾ ਜੀ ਬੜੇ ਇੱਥੇ ਕਲਕੱਤੇ ਸ਼ਹਿਰ ਵਿੱਚ ਸੰਤ ਮਹਾਤਮਾ ਵੀ ਆਉਂਦੇ ਹੈ, ਬੜੇ ਬੜੇ ਪ੍ਰਚਾਰਕ ਵੀ ਆਉਂਦੇ ਹੈ, ਪਰ ਅੰਮ੍ਰਿਤ ਨਹੀਂ ਕਿਸੇ ਦੇ ਆਕੇ ਇੰਨੀ ਸੰਗਤ ਨੇ ਛਕਿਆ ਕੀਤਾ। ਤੁਹਾਡੇ ਵਿੱਚ ਕਿਹੜੀ ਸ਼ਕਤੀ ਹੈ, ਕਿਹੜੀ ਕਰਾਮਾਤ ਹੈ ਕਿ ਤੁਹਾਡੇ ਇੱਕ ਬਚਨ ਨਾਲ ਹੀ 50,000 ਪ੍ਰਾਣੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ, ਅੰਮ੍ਰਿਤ ਛਕ ਲਿਆ ਉਹਨਾਂ ਨੇ? ਮਹਾਂਪੁਰਖ ਚੁੱਪ ਕਰ ਗਏ, ਕਹਿਣ ਲੱਗੇ ਬਖਸ਼ਿਸ਼ ਇਹ ਕਿਰਪਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਹੈ। ਪਰ ਬੜਾ ਮਜਬੂਰ ਕੀਤਾ, ਬਾਰ ਬਾਰ ਮਜਬੂਰ ਕੀਤਾ, ਆਖਿਰਕਾਰ ਕਹਿਣ ਲੱਗੇ ਗੁਰਮੁਖੋ ਅਸੀਂ ਜਦੋਂ ਤੋਂ ਖੰਡੇ ਦਾ ਅੰਮ੍ਰਿਤ ਛਕਿਆ ਨਾ, ਉਸ ਦਿਨ ਤੋਂ ਆਪਣੇ ਕੇਸਾਂ ਨੂੰ ਕਦੇ ਜੂਠਾ ਹੱਥ ਨਹੀਂ ਲਾਇਆ, ਇਹਨਾਂ ਕੇਸਾਂ ਵਿੱਚ ਅੰਮ੍ਰਿਤ ਪਿਆ, ਗੁਰੂ ਕੇ ਕੇਸਾਂ ਦਾ ਗੁਰੂ ਦੀ ਮੋਹਰ ਜਾਣ ਕੇ ਅਸੀਂ ਇੰਨਾ ਆਦਰ ਸਤਿਕਾਰ ਕੀਤਾ, ਇਹ ਗੁਰੂ ਦੀ ਰਹਿਤ ਦਾ ਸਤਿਕਾਰ ਕਰਨ ਦੀ ਕਰਾਮਾਤ ਹੈ, ਸਾਡੇ ਵਿੱਚ ਕੁਝ ਵੀ ਉੱਤਮ ਭਗਤ ਆਪ ਗੁਰੂ ਦਾ ਉਪਦੇਸ਼ ਕਮਾਇਆ। ਅਸੈਂਬਲੀ ਸਾਹਿਬ ਹੈ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਏ, ਉਹਨਾਂ ਨੇ ਸੰਤ ਬਾਬਾ ਜੈਵਲ ਸਿੰਘ ਜੀ ਅਸੈਂਬਲੀ ਸਾਹਿਬ ਵਾਲਿਆਂ ਨੂੰ ਵਚਨ ਕੀਤਾ ਕਿ ਬਾਬਾ ਜੀ ਪ੍ਰੋਗਰਾਮ ਜਿੰਨੇ ਮਰਜ਼ੀ ਦਿਨ ਦਾ ਲੈ ਜਾਓ, ਜੇ 5 ਦਿਨ ਦਾ ਪ੍ਰੋਗਰਾਮ ਲੈ ਕੇ ਜਾਣਾ ਤਾਂ 5,000 ਸੰਗਤਾਂ ਅੰਮ੍ਰਿਤ ਛਕਣ ਲਈ ਚਾਹੀਦੀਆਂ ਸਨ, ਜੇ ਵੱਧ ਚਾਹੀਦਾ ਵੱਧ। ਸੰਤ ਬਾਬਾ ਜੈਮਲ ਸਿੰਘ ਜੀ ਕਹਿਣ ਲੱਗੇ ਮਹਾਂਪੁਰਖਾਂ ਨੂੰ, ਮਹਾਂਪੁਰਖੋ ਇਹ ਤਾਂ ਜਦੋਂ ਤੁਸੀਂ ਕਥਾ ਕਰੋਗੇ ਨਾ
ਮੈਨੂੰ ਕਹਿਣ ਦੀ ਲੋੜ ਨਹੀਂ, ਸੰਗਤਾਂ ਆਪੇ ਤਿਆਰ ਹੋ ਜਾਣਗੀਆਂ, ਪਰ ਜ਼ਰੂਰ ਸਾਨੂੰ ਸਮਾਂ ਦੇ, 10 ਦਿਨ ਦਾ ਸਮਾਂ ਦੇ। 10 ਦਿਨ ਮਹਾਂਪੁਰਖ ਕਥਾ ਕਰਦੇ ਰਹੇ ਸੈਂਪਲੀ ਨਗਰ ਦੇ ਵਿੱਚ, ਔਰ ਸਾਧ ਸੰਗਤ ਜੀ ਜਦੋਂ ਅੰਮ੍ਰਿਤ ਸੰਚਾਰ ਹੋਇਆ, ਉਹਨਾਂ ਦੇ ਬਚਨਾਂ ਦਾ ਪ੍ਰਭਾਵ, ਉਹਨਾਂ ਦੀ ਕਰਨੀ ਦਾ ਅਸਰ, ਉਹਨਾਂ ਦੇ ਬਚਨਾਂ ਦੀ ਤਾਸੀਰ, 10,000 ਪ੍ਰਾਣੀਆਂ ਨੇ ਉਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਔਰ ਉਹਨਾਂ ਨੇ ਆਪ 5 ਪਿਆਰਿਆਂ 'ਚ ਲੱਗ ਕੇ ਸੰਗਤਾਂ ਨੂੰ ਅੰਮ੍ਰਿਤ ਛਕਾਇਆ। ਸੋ ਕਰਨੀ ਵਾਲਿਆਂ ਦਾ ਸੀ। 1975 ਵਿੱਚ ਬੀੜ ਬਾਬਾ ਬੁੱਢਾ ਸਾਹਿਬ 2.5 ਲੱਖ ਤੋਂ ਉੱਤੇ ਸੰਗਤਾਂ ਦਾ ਇਕੱਠ ਜੁੜਿਆ, ਦੀਵਾਨ ਸਜਿਆ ਹੋਇਆ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਲਗਭਗ 1.5 ਤੋਂ 2 ਘੰਟੇ ਖੜ੍ਹ ਕੇ ਸੰਗਤ ਵਿੱਚ ਪ੍ਰਚਾਰ ਕੀਤਾ। ਜਦੋਂ ਪ੍ਰਚਾਰ ਕੀਤਾ, ਪ੍ਰਚਾਰ ਕਰਕੇ ਕਹਿਣ ਲੱਗੇ, ਭਾਈ ਇੰਨਾ ਚਿਰ ਗੁਰਮਤਿ ਦੇ ਬਚਨ ਸੁਣਾਏ ਹੈ, ਕੋਈ ਨਸ਼ੇ ਛੱਡਣ ਵਾਲਾ ਵੀ ਉੱਠੋ, ਸਾਫ ਸੁਰਤ ਕੇਸ ਰੱਖਣ ਵਾਲਾ ਵੀ ਉੱਠੋ, 5,000 ਸੰਗਤਾਂ ਦੇ ਵਿੱਚੋਂ ਮਾਈ ਭਾਈ ਖੜ੍ਹੇ ਹੋਏ ਜਿਨ੍ਹਾਂ ਨੇ ਨਸ਼ੇ ਛੱਡਣ ਦਾ ਪ੍ਰਣ ਕੀਤਾ। ਇਹ ਸਾਧ ਸੰਗਤੀ ਕਰਨੀ ਵਾਲਿਆਂ ਦੀ ਕਮਾਈ ਦਾ ਪ੍ਰਭਾਵ ਹੋਇਆ ਕਰਦਾ, ਉੱਤਮ ਵਕਤੇ ਦਾ। ਕਨਿਸ਼ਠ ਦਾ ਪ੍ਰਭਾਵ ਨਹੀਂ ਪਵੇਗਾ ਕਦੇ। ਕਨਿਸ਼ਠ ਵਕਤੇ ਅੱਜ ਪੰਥ ਵਿੱਚ ਬਹੁਤ ਭਰਪੂਰ ਮਾਤਰਾ ਵਿੱਚ ਹੈ। ਇਗਰਾਮ ਢੱਗੇ ਨਾਲ ਵੀ ਆ ਗਏ, ਨਸ਼ਿਆਂ ਦਾ ਬੋਲਬਾਲਾ, ਪਤਤ ਪੁਣੇ ਦਾ ਬੋਲਬਾਲਾ। ਫਿਰ ਪੰਥ ਦੇ ਵਿੱਚ ਤੁਸੀਂ ਵੇਖ ਰਹੇ ਹੋ, ਇੱਥੇ ਸਤਸੰਗ ਤੋਂ ਨਯਾ ਧਰਮ ਸੀ, ਇੱਕ ਦੂਸਰੇ ਦਾ ਸਤਿਕਾਰ, ਇੱਕ ਦੂਸਰੇ ਨਾਲ ਪ੍ਰੇਮ, ਆਪਣਾ ਭਰਾ ਸਮਝ ਕੇ ਸਭ ਦਾ ਸਨਮਾਨ ਕਰਨਾ, ਵੈਰ ਵਿਰੋਧ ਤੋਂ ਰਹਿਤ ਹੋਣਾ। ਪਰ ਅੱਜ ਤੁਸੀਂ ਵੇਖ ਰਹੇ ਹੋ ਕਿੰਨਾ ਵੈਰ ਵਿਰੋਧ ਸਾਡੇ ਵਿੱਚ ਪੈਦਾ ਹੋ ਗਿਆ, ਔਰ ਕਿੰਨੇ ਨਸ਼ੇ ਲੱਗ ਗਏ ਸਾਡੀ ਕੌਮ ਨੂੰ, ਔਰ ਕਿੰਨੇ ਪਤਿਤ ਹੋ ਗਏ ਨੌਜਵਾਨ ਸਿੱਖੀ ਸਰੂਪ ਤੋਂ, ਛੋਟੇ ਛੋਟੇ ਬੱਚਿਆਂ ਦੇ ਵੀ ਕੇਸ ਕੱਟੇ ਨਜ਼ਰ ਆ ਰਹੇ ਅੱਜ। ਇਹ ਕਾਰਨ ਹੈ ਕਿ ਗੁਰੂ ਦੇ ਉਪਦੇਸ਼ ਨੂੰ ਕਮਾਉਣ ਵਾਲਿਆਂ ਦੀ ਵੱਡੀ ਘਾਟ ਪੈ ਗਈ ਸਾਡੇ ਵਿੱਚ। ਜੇ ਗੁਰੂ ਦੇ ਉਪਦੇਸ਼ ਨੂੰ ਕੋਈ ਕਮਾਉਣ ਵਾਲਾ ਗੁਰਮੁਖ ਆਵੇਗਾ ਨਾ, ਤਾਂ ਜ਼ਰੂਰ ਸੰਗਤਾਂ 'ਤੇ ਗੁਰੂ ਦੀ ਕਿਰਪਾ ਹੋਏਗੀ। ਇੱਥੇ ਵੀ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜਾ ਉਪਦੇਸ਼ ਦੇ ਰਹੇ ਹੈ ਨਾ, ਉਹ ਮਨ ਦੇ ਪ੍ਰਥਾਏ, ਸਤਿਗੁਰੂ ਮਨ ਦੇ ਪ੍ਰਥਾਏ। ਇਹ ਕਿਹੜੇ ਮਨ ਦੇ ਪ੍ਰਥਾਏ? ਸਾਡੇ ਮਨਾਂ ਦੇ ਪ੍ਰਥਾਏ, ਇਹ ਗੁਰੂ ਸਾਹਿਬ ਲਈ ਨਹੀਂ, ਇਹ ਸਾਡੇ ਪ੍ਰਥਾਏ ਹੈ। ਸਾਨੂੰ ਸੰਬੋਧਨ ਕਰ ਰਹੇ ਹੈ ਸਤਿਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਸੋਰਠ ਰਾਗਣੀ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਕੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੁਣੋ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਅੰਮ੍ਰਿਤ ਰੂਪ ਉਪਦੇਸ਼ ਦੀ ਗੁਰਬਾਣੀ ਦੀ ਕਥਾ। ਮਨ ਰੇ ਕੌਣ ਕੁਮਤ ਤਾ ਲਿਨੀ, ਹੇ ਮਨਾ ਰੇ ਰੇ ਦਾ ਤੁੰਗਾ, ਹੇ ਭਾਈ, ਹੇ ਭਾਈ, ਹੇ ਮਨ ਕੌਣ ਕੁਮਤ ਤਾ ਲਿਨੀ, ਤੂੰ ਕਿਹੜੀ ਖੋਟੀ ਮਤ ਲੈ ਲਈ ਆਪਣੇ ਜੀਵਨ ਵਿੱਚ? ਜਿਹੜੀ ਸੰਗਤ ਹੁੰਦੀ ਹੈ ਨਾ ਸਾਧ ਸੰਗਤ ਦੀ, ਸੰਗਤ ਦੇ ਵਿੱਚੋਂ ਸੁਮਤ ਪ੍ਰਾਪਤ ਹੁੰਦੀ ਹੈ, ਉਹ ਸੰਗਤ ਦੇ ਵਿੱਚੋਂ ਕੁਮਤ ਪ੍ਰਾਪਤ ਹੁੰਦੀ ਹੈ। ਜਿਹੜੀ ਸੁਮਤ ਹੈ ਨਾ,
ਉਹਦੇ ਵਿੱਚ ਸਤ ਸੰਤੋਖ ਦਇਆ ਧਰਮ ਔਰ ਵਿਚਾਰ ਔਰ ਜਿਹੜੀ ਪ੍ਰਸੰਗਤ ਆ ਉਹਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਵੇਂ ਆਤਮ ਵਿਸ਼ੈਣੀ ਬੁੱਧੀ ਔਰ ਵਿਸ਼ੇ ਵਿਸ਼ੈਣੀ ਬੁੱਧੀ ਵਿਦਵਾਨਾਂ ਨੇ ਦੋ ਤਰ੍ਹਾਂ ਦੀ ਬੁੱਧੀ ਦਾ ਕਥਨ ਕੀਤਾ ਇੱਕ ਆਤਮ ਵਿਸ਼ੈਣੀ ਬੁੱਧੀ ਹੈ ਇੱਕ ਵਿਸ਼ੇ ਵਿਸ਼ੈਣੀ ਬੁੱਧੀ ਹੈ ਸੰਗਤ ਵਿੱਚ ਬੈਠਾ ਜਿਹੜਾ ਸਰੋਤਾ ਜਗਿਆਸੂ ਹੈ ਨਾ ਉਹ ਆਤਮ ਵਿਸ਼ੈਣੀ ਬੁੱਧੀ ਦਾ ਸਾਧ ਸੰਗਤੀ ਸਰੋਤਾ ਆਤਮ ਵਿਸ਼ੈਣੀ ਬੁੱਧੀ ਨੂੰ ਪ੍ਰਾਪਤ ਕਰਦਾ ਆਤਮ ਕਿਹਨੂੰ ਕਿਹਾ ਆਤਮ ਆਪਣੇ ਸਰੂਪ ਆਪਣੇ ਸਰੂਪ ਦਾ ਅੱਠੇ ਪੈਰ ਧਿਆਨ ਆਪਣੇ ਸਰੂਪ ਦਾ ਇਹ ਵਿਸ਼ਾ ਆਪਣੇ ਜੀਵਨ ਦੇ ਵਿੱਚ ਅੰਗੀਕਾਰ ਕਰ ਸਤ ਚਿੱਤ ਆਨੰਦ ਸਰੂਪ ਦੇ ਵਿੱਚ ਮਨ ਨੇ ਕਹਿ ਲਓ ਬੁੱਧੀ ਨੇ ਕਹਿ ਲਓ ਧਿਆਨ ਕਹਿ ਲਓ ਸੁਰਤ ਕਹਿ ਲਓ ਲਿਵ ਕਹਿ ਲਓ ਇਹ ਜੁੜੀ ਰਹਿਣੀ ਅੱਠੇ ਪੈਰ ਔਰ ਵਿਸ਼ੇ ਵਿਸ਼ੈਣੀ ਜਿਹੜੀ ਬੁੱਧੀ ਹੈ ਉਹ ਕਸੰਗਤ ਵਿੱਚ ਜਾਣ ਕਰਕੇ ਸਾਡੇ ਗੱਲ ਪੈ ਜਾਂਦੀ ਹੈ ਬੰਦਾ ਵਿਸ਼ਿਆਂ ਵਿੱਚ ਲੱਗ ਜਾਂਦਾ ਵਿਸ਼ਿਆਂ ਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਦਾ ਇਸ ਕਰਕੇ ਸੰਗਤ ਵਿੱਚੋਂ ਆਤਮ ਸ਼ੈਣੀ ਬੁੱਧੀ ਦਾ ਦਾਨ ਪ੍ਰਾਪਤ ਹੁੰਦਾ ਸੰਗਤ ਵਿੱਚੋਂ ਸ਼ਾਂਤੀ ਪ੍ਰਾਪਤ ਹੁੰਦੀ ਸਤ ਸੰਤੋਖ ਦਇਆ ਧਰਮ ਵਿਚਾਰ ਪ੍ਰਾਪਤ ਹੁੰਦਾ ਸੰਗਤ ਵਿੱਚੋਂ ਔਗੁਣਾਂ ਦਾ ਤਿਆਗ ਹੁੰਦਾ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਉਹ ਸੰਗਤ ਦੇ ਵਿੱਚੋਂ ਸਾਧ ਸੰਗਤ ਦੀ ਮਨਮਤ ਪ੍ਰਾਪਤ ਹੁੰਦੀ ਉਹ ਸੰਗਤ ਦੇ ਵਿੱਚੋਂ ਪਾਪ ਪੈਦਾ ਹੁੰਦੇ ਉਹ ਸੰਗਤ ਦੇ ਵਿੱਚੋਂ ਮਨੁੱਖ ਆਪਣੇ ਹਾਰਾ ਜੀਵਨ ਆਪਣੇ ਜੀਵਨ ਨੂੰ ਬਣਾ ਦਿੰਦਾ ਸਿਆਣੇ ਪੁਰਸ਼ਾਂ ਦਾ ਕਥਨ ਹੈ ਜਦੋਂ ਕਿਸੇ ਦੇ ਤੁਸੀਂ ਸ਼ੁਭ ਗੁਣਾਂ ਨੂੰ ਵਿਚਾਰੋਗੇ ਸ਼ੁਭ ਗੁਣਾਂ ਨੂੰ ਆਪਣੀ ਰਸਨਾ ਤੋਂ ਕਹੋਗੇ ਨਾ ਸਾਧ ਸੰਗਤੀ ਸ਼ੁਭ ਗੁਣ ਤੁਹਾਡੇ ਵਿੱਚ ਵੀ ਆਉਣ ਲੱਗ ਜਾਂਦੇ ਆਤਮ ਵਿਸ਼ੈਣੀ ਬੁੱਧੀ ਦਾ ਗਿਆਨ ਔਰ ਜੇ ਕੁਸੰਗਤ ਵਿੱਚ ਜਾਓਗੇ ਤਾਂ ਕੁਸੰਗਤ ਦੇ ਵਿੱਚ ਜਾਣ ਨਾਲ ਸਾਧ ਸੰਗਤੀ ਔਗਣ ਆਉਣ ਲੱਗ ਜਾਂਦੇ ਹੈ ਸੰਤ ਭਾਈ ਅਰਜਨ ਸ਼ਾਹ ਜੀ ਸੇਵਾ ਪੰਥੀ ਮਹਾਂਪੁਰਖਾਂ ਵਿੱਚੋਂ ਬੜੀ ਪਵਿੱਤਰ ਆਤਮਾ ਹੋਈ ਔਰ ਦਸਮ ਪਿਤਾ ਜੀ ਦੇ ਸਮੇਂ ਹੋਏ ਹੈ ਭਾਈ ਕਨ੍ਹਈਆ ਸਾਹਿਬ ਜੀ ਤੋਂ ਭਾਈ ਸੇਵਾ ਰਾਮ ਜੀ ਔਰ ਭਾਈ ਸੇਵਾ ਰਾਮ ਜੀ ਤੋਂ ਬਾਅਦ ਭਾਈ ਅਟਲ ਸ਼ਾਹ ਜੀ ਭਾਈ ਕਨ੍ਹਈਆ ਸਾਹਿਬ ਜੀ ਦੀ 300 ਸਾਲਾ ਸੱਚਖੰਡ ਗਮਨ ਦੀ ਸ਼ਤਾਬਦੀ ਆ ਰਹੀ ਹੈ ਸ੍ਰੀ ਅਨੰਦਪੁਰ ਸਾਹਿਬ 20 ਸਤੰਬਰ ਨੂੰ ਮਨਾਈ ਜਾਣੀ ਸਾਧ ਸੰਗਤ ਜੀ ਉਹ ਮਹਾਂਪੁਰਖ ਇੱਕ ਮੇਰੀ ਆਪਣੇ ਆਨੰਦ ਵਿੱਚ ਬੈਠੇ ਕੋਈ ਮਨੁੱਖ ਉਹਨਾਂ ਦੇ ਦਰਸ਼ਨ ਕਰਨ ਆਇਆ ਮਨਮੁਖ ਸੁਭਾਅ ਦਾ ਸਾਫ ਸੁਭਾਅ ਦਾ ਮਨੁੱਖ ਹੈ ਆਇਆ ਦਰਸ਼ਨ ਕਰਨ ਬੈਠ ਕੇ ਕਿਸੇ ਹੋਰ ਮਨੁੱਖ ਦੀ ਨਿੰਦਿਆ ਕਰਨ ਲੱਗ ਪਏ ਕਿਸੇ ਹੋਰ ਮਨੁੱਖ ਦੇ ਬਾਰੇ ਬੜੇ ਫਿੱਕੇ ਸ਼ਬਦ ਬੋਲਣ ਲੱਗਾ ਕਿ ਮਹਾਂਪੁਰਖ ਉਹਦੇ ਵਿੱਚ ਆਹ ਐਬ ਹੈ ਆਹ ਐਬ ਹੈ ਆਹ ਐਬ ਹੈ ਆਹ ਉਹਦੇ ਵਿੱਚ ਔਗਣ ਹੈ ਆਹ ਉਹਦੇ ਵਿੱਚ ਦੋਸ਼ ਹੈ ਮਹਾਂਪੁਰਖ ਕਹਿਣ ਲੱਗੇ ਭਾਈ ਤੇਰੇ ਕੋਲ ਬਹੁਤ ਸੁਣ ਲਿਆ ਅਸੀਂ ਜੇ ਕੋਈ ਗੁਣ ਹੈ ਉਹ ਦੱਸ ਔਗਣ ਤਾਂ ਹਰ ਇੱਕ ਹੀ ਫਰੋਲਦਾ ਗੰਦਗੀ ਨੂੰ ਫਰੋਲਣ ਦਾ ਕੋਈ ਲਾਭ ਨਹੀਂ ਸਿਆਣਾ ਮਨੁੱਖ ਤਾਂ ਗੰਦਗੀ ਦੇ ਨੇੜੇ ਵੀ ਨਹੀਂ ਜਾਂਦਾ ਸਿਆਣਾ
ਮਨੁੱਖਤਾ ਸੁਗੰਧੀ ਦੇ ਪਾਸ ਫੁੱਲਾਂ ਦੀ ਮਹਿਕ ਦੇ ਕੋਲੇ ਜਾਂਦਾ, ਇਸ ਲਈ ਤੂੰ ਗੰਦਗੀ ਕਿਉਂ ਫਰੋਲਦਾ, ਕਿਸੇ ਦੀ ਨਿੰਦਿਆ ਕਿਉਂ ਕਰਦਾ? ਜੇ ਕੋਈ ਗੁਣ ਹੈ, ਉਹਨਾਂ ਦੀ ਬੋਲੀ ਵਿੱਚ ਕਹਿੰਦੇ ਜੇ ਕੋਈ ਗੁਣ ਹੈ ਤਾਂ ਤੂੰ ਬੋਲ ਕੇ ਦੱਸ, ਜੇ ਫੁੱਲ ਦਾ ਗੁਣ ਹੈ ਉਹ ਦੱਸ। ਚੁੱਪ ਕਰ ਗਿਆ। ਮਹਾਂਪੁਰੂ ਕਹਿਣ ਲੱਗੇ, ਭਾਈ ਜਿਹੜਾ ਕਿਸੇ ਦੇ ਔਗਣ ਫਰੋਲਦਾ ਨਾ, ਉਹ ਉਹਨਾਂ ਔਗਣਾਂ ਦਾ ਸ਼ਿਕਾਰ ਹੋ ਜਾਂਦਾ। ਜੇ ਕੋਈ ਕਿਸੇ ਦੇ ਗੁਣ ਵਰਣਨ ਕਰਦਾ ਤਾਂ ਉਹ ਗੁਣ ਉਹਦੇ ਵਿੱਚ ਆ ਜਾਂਦਾ। ਐਡਾ ਵੱਡਾ ਸੰਗਤ ਦਾ ਅਸਰ। ਕਬੀਰ ਸਾਹਿਬ ਜੀ ਨੇ ਕਿੰਨਾ ਸੁੰਦਰ ਵਚਨ ਕੀਤਾ, ਕਬੀਰ ਸਾਖ ਸੰਗ ਨਾ ਮੀਤੀਐ ਦੂਰੋਂ ਜਾਈਐ ਭਾਗ, ਪਾਸਨ ਕਾਰੋ ਪਰਸੀਐ ਤਾਉ ਵਿਚਲਾ ਪੈਂਦਾ। ਸਾਖ ਦੀ ਪਾਪੀ ਮਨੁੱਖ ਦੀ ਕਦੇ ਸੰਗਤ ਨਾ ਕਰੀਆ। ਮਨੁੱਖ ਜਿਵੇਂ ਕਾਲੇ ਬਰਤਨ ਨੂੰ ਜੇ ਤੇਰਾ ਵਸਤਰ ਜੇ ਤੇਰਾ ਹੱਥ ਲੱਗ ਜਾਏ ਤਾਂ ਉਹ ਕਾਲਾ ਹੋ ਜਾਂਦਾ, ਇਸੇ ਤਰ੍ਹਾਂ ਸਾਖਤ ਦੀ ਸੰਗਤ ਕਰਕੇ ਪਾਪਾਂ ਦੀ ਕਾਲਕ, ਪਾਪਾਂ ਦੇ ਦਾਗ ਲੱਗ ਜਾਂਦੇ ਹਿਰਦੇ ਵਿੱਚ। ਇਸ ਕਰਕੇ ਸਾਧ ਸੰਗਤ ਜੀ, ਗੁਰਮੁਖਾਂ ਦੀ ਗੁਰੂ ਕੀ ਸੰਗਤ, ਸਤ ਸੰਗਤ ਕਰਨ ਦੇ ਨਾਲ ਆਤਮ ਵਿਸ਼ੈਣੀ ਬੁੱਧੀ ਦਾ ਗਿਆਨ ਪ੍ਰਾਪਤ ਹੁੰਦਾ, ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੁੰਦੀ। ਮਨਮੁਖਾਂ ਦੀ ਪਸੰਗਤ ਕਰਕੇ ਵਿਸ਼ੇ ਵਿਸ਼ੈਣੀ ਬੁੱਧੀ ਔਗਣਾਂ ਦਾ ਧਾਰਨੀ ਦੀਪ ਬਣ ਜਾਂਦਾ। ਕਿਸੇ ਦੇ ਔਗਣ ਬੋਲਣ ਲੱਗ ਜਾਓ, ਕਹਿਣ ਲੱਗ ਜਾਓ, ਤੁਹਾਡੇ ਵਿੱਚ ਹੌਲੀ ਹੌਲੀ ਔਗਣ ਆਉਣ ਲੱਗ ਜਾਂਦੇ। ਜਿਹੜਾ ਬੰਦਾ ਨਿੰਦਿਆ ਕਰਨ ਲੱਗ ਜਾਏ ਨਾ, ਉਹ ਆਪ ਨਿੰਦਕ ਬਣ ਜਾਂਦਾ। ਜਿਹੜਾ ਦੂਸਰਿਆਂ ਦੀ ਸਿਫਤ ਕਰਨ ਲੱਗ ਜਾਏ, ਉਹ ਸਿਫਤਾਂ ਦਾ ਆਪ ਧਾਰਨੀ ਬਣ ਜਾਂਦਾ। ਇਸ ਕਰਕੇ ਸਤਿਗੁਰੂ ਕਹਿ ਰਹੇ, ਮਨ ਮਨ ਰੇ ਕੌਣ ਕੁਮਤ ਤੈਨੂੰ, ਹੇ ਮਨਾ ਖੋਟੀ ਕੁਸੰਗਤ ਵਿੱਚ, ਪਾਪੀਆਂ ਦੀ ਕੁਸੰਗਤ ਵਿੱਚ, ਸਾਧਕਾਂ ਦੀ ਕੁਸੰਗਤ ਵਿੱਚ ਜਾ ਕੇ ਤੂੰ ਕਿਹੜੀ ਕਿਹੜੀ ਖੋਟੀ ਮਤ, ਕਿਹੜੀ ਕਿਹੜੀ ਖੋਟੀ ਸਿੱਖਿਆ ਤੂੰ ਲਈ ਹੈ, ਜਿਹਦੇ ਕਰਕੇ ਤੇਰਾ ਅਮੋਲਕ ਮਨੁੱਖਾ ਜੀਵਨ ਜਿਹੜਾ ਵਿਅਰਥ ਚਲਿਆ ਗਿਆ, ਉਹ ਸਤਿਗੁਰੂ ਜੀ ਦੱਸਦੇ ਆ ਅਗਲੀ ਪੰਕਤੀ ਵਿੱਚ। ਮਨੁੱਖ ਹੇ ਮਨ, ਪਰ ਤਾਰਾ ਨਿੰਦਿਆ ਰਸ ਰਚਿਓ। ਪਰਾਇਆ ਘਰਾਂ ਦੇ ਵਿੱਚ ਤੇਰਾ ਮਨ ਪਰਾਇਆ ਘਰਾਂ ਨੂੰ ਜੋੜ ਵਿੱਚ ਲੱਗ ਗਿਆ, ਔਰ ਨਿੰਦਿਆ ਰਸ ਰਚਿਓ, ਨਿੰਦਿਆ ਨੂੰ ਵੀ ਰਸ ਮੰਨੀ ਬੈਠਾ ਮਨੁੱਖ। ਕਈ ਮਨੁੱਖਾਂ ਨੂੰ ਨਿੰਦਿਆ ਬੜੀ ਚੰਗੀ ਲੱਗਦੀ, ਉਹ ਨਿੰਦਿਆ ਉਹਨਾਂ ਦਾ ਰਸ ਬਣ ਜਾਂਦੀ ਹੈ ਸਤਸੰਗ ਜੀ ਜੀਵਨ ਵਿੱਚ। ਤਰ੍ਹਾਂ ਤਰ੍ਹਾਂ ਦੇ ਰਸ ਹੈ, ਮਨੁੱਖ ਜਦੋਂ ਕਈ ਤਰ੍ਹਾਂ ਦੇ ਰਸ ਲੈਂਦਾ ਤਾਂ ਉਹਦੇ ਜੀਵਨ ਵਿੱਚ ਉਹਨਾਂ ਰਸਾਂ ਦੇ ਵਿੱਚ ਫਸ ਜਾਂਦਾ। ਨਿੰਦਿਆ ਦਾ ਵੀ ਇੱਕ ਰਸ ਹੈ, ਪਰ ਸਤਿਗੁਰੂ ਕੀ ਕਹਿੰਦੇ ਹੈ? ਸਤਿਗੁਰੂ ਕਹਿੰਦੇ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤੇ ਨਿੰਦਕਾ ਨਰਕੇ ਘੋਰ ਹੋਵਾ। ਅੱਜ ਪੰਥ ਵਿੱਚ ਨਿੰਦਿਆ ਦਾ ਬੜਾ ਬੋਲਬਾਲਾ, ਬਹੁਤ ਨਿੰਦਿਆ, ਅਣ ਹੋਈ ਨਿੰਦਿਆ, ਬਿਨਾਂ ਮਤਲਬ ਤੋਂ ਹੀ ਨਿੰਦਾ ਕਰੀ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਹੈ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੋਬਾ ਅੰਕ ਉਤਰੇ ਪਾਰ। ਧਾਰਮਿਕ ਗ੍ਰੰਥਾਂ ਦੇ ਵਿੱਚ ਬੜਾ ਸੁੰਦਰ ਜ਼ਿਕਰ ਆਇਆ। ਇੱਕ ਵਾਰੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਧ ਸੰਗਤ ਜੀ ਜਲਾਲਾਬਾਦ ਦੇ ਨੇੜੇ ਨਗਰ ਹੈ, ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜਲਾਲਾਬਾਦ ਹੈ ਨਾ,
ਧਾਂਗਾ ਨਗਰ ਹੈ, ਧਾਂਗਾ ਨਗਰ। ਉੱਥੋਂ ਦੇ ਸਰਦਾਰ ਪ੍ਰੀਤਮ ਸਿੰਘ ਸਨ, ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਪਰਿਵਾਰ ਵਿੱਚੋਂ ਸਨ, ਪਿਛਲੇ ਦਿਨੀ ਚੜ੍ਹਾਈ ਕਰ ਗਏ। ਉਹ ਬਜ਼ੁਰਗਾਂ ਨੇ ਬੜਾ ਪ੍ਰੇਮ ਕੀਤਾ, ਮਹਾਂਪੁਰਖਾਂ ਨੂੰ ਆਪਣੇ ਘਰੇ ਜਥੇ ਸਮੇਤ ਲੈ ਕੇ ਗਏ, ਲੰਗਰ ਕੀਤਾ। ਸੇਵਾ ਕਰਨ ਤੋਂ ਬਾਅਦ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ, ਸਰਦਾਰ ਪ੍ਰੀਤਮ ਸਿੰਘ, ਕਹਿੰਦੇ ਮਹਾਂਪੁਰਖੋ, ਉਮਰਾ ਨਕਲ ਤੁਹਾਡੀ ਬੜੀ ਨਿੰਦਿਆ ਕਰਦਾ, ਬਹੁਤ ਤੁਹਾਡੇ ਖਿਲਾਫ ਬੋਲਦਾ। ਮਹਾਂਪੁਰਖ ਮੁਸਕਰਾਏ, ਫੇਰ ਕਿਹਾ, ਕਹਿੰਦੇ ਕੋਈ ਜਵਾਬ ਤਾਂ ਦੇਣਾ ਚਾਹੀਦਾ, ਕੁਛ ਕਹਿਣਾ ਚਾਹੀਦਾ। ਚੁੱਪ ਕਰ ਗਏ। ਤੀਜੀ ਵਾਰੀ ਫੇਰ ਕਿਹਾ, ਕਹਿੰਦੇ ਤੁਹਾਡੀ ਬੜੀ ਨਿੰਦਿਆ ਕਰਦਾ ਮਹਾਂਪੁਰਖੋ, ਸਟੇਜਾਂ 'ਤੇ ਵੀ ਬੜਾ ਉਣ ਜਲੋਲ ਤੁਹਾਡੇ ਬਾਰੇ ਬੋਲਦਾ, ਅਖਬਾਰਾਂ ਵਿੱਚ ਵੀ ਤੁਹਾਡੇ ਖਿਲਾਫ ਬੜੀ ਬਿਆਨਬਾਜ਼ੀ ਕਰਦਾ। ਮਹਾਂਪੁਰਖ ਕਹਿਣ ਲੱਗੇ, ਭਾਈ ਬੰਦਾ ਜਿਹੜਾ ਘਰ ਦਾ ਕੂੜਾ ਕਰਕਟ ਗੰਦ ਹੁੰਦਾ ਉਹ ਆਪਣੇ ਝਾੜੂ ਨਾਲ ਸਾਫ਼ ਕਰਦਾ, ਪਰ ਕਈ ਮਨੁੱਖ ਜਿਹੜੇ ਹੁੰਦੇ ਉਹ ਆਪਣੀ ਜ਼ਬਾਨ ਨਾਲ ਗੰਦਗੀ ਸਾਫ਼ ਕਰਦੇ। ਕਹਿੰਦੇ ਉਮਰਾ ਨੰਗਲ ਆਪਣੀ ਜ਼ਬਾਨ ਨਾਲ ਸਾਡੀ ਗੰਦਗੀ ਧੋ ਰਿਹਾ, ਤੈਨੂੰ ਰੋਸ ਕਰਨ ਦੀ ਲੋੜ ਨਹੀਂ, ਤੂੰ ਸ਼ਾਂਤ ਰਹਿ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿ, ਪਰਮੇਸ਼ੁਰ ਦੇ ਹੁਕਮ ਵਿੱਚ। ਸੋ ਸਾਧ ਸੰਗਤ ਜੀ, ਐਸੇ ਪ੍ਰਭੂ ਦੇ ਪਿਆਰੇ, ਇੰਨੀ ਅਡੋਲ ਉਹਨਾਂ ਦੀ ਅਵਸਥਾ, ਐਸੀ ਉਹਨਾਂ ਦੀ ਕਰਨੀ। ਮਹਾਰਾਜ ਕਹਿੰਦੇ ਪਰਮ ਦਾਰਾ ਨਿੰਦਿਆ ਰਸਲ, ਪਰਾਇਆ ਘਰਾਂ ਵਿੱਚ, ਪਰਾਇਆ ਇਸਤਰੀਆਂ ਦੇ ਰਸ ਭੋਗਣ ਦੇ ਵਿੱਚ, ਪਰਾਈ ਨਿੰਦਿਆ ਦੇ ਰਸ ਵਿੱਚ, ਪਰਾਈ ਨਿੰਦਿਆ ਕਰਨ ਦੇ ਰਸ ਵਿੱਚ ਇਹ ਮਨੁੱਖ ਤੂੰ ਪੂਰਾ ਰਜ ਗਿਆ, ਐਨ ਰਜ ਵਿੱਚ ਗਿਆ, ਫਸ ਗਿਆ ਪੂਰਨ ਰੂਪ ਦੇ ਵਿੱਚ, ਐਸਾ ਤੇਰਾ ਸੁਭਾਅ ਬਣ ਗਿਆ, ਨਾ ਕਰਨ ਵਾਲੇ ਜਿਹੜੇ ਮਾੜੇ ਕਰਮ ਹੈ ਉਹਨਾਂ ਨੂੰ ਤੂੰ ਰਸ ਮੰਨਣ ਲੱਗ ਪਿਆ, ਉਹਦੇ ਵਿੱਚੋਂ ਤੈਨੂੰ ਰਸ ਆਉਣ ਲੱਗ ਪਿਆ। ਜਦੋਂ ਮਨੁੱਖ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦਾ ਨਾ ਸਾਧ ਸੰਗਤ ਜੀ, ਤਾਂ ਫਿਰ ਉਹਦਾ ਬਾਹਰ ਉਤਾਰਾ ਨਹੀਂ ਕਦੇ ਹੋ ਸਕਦਾ। ਮਹਾਰਾਜ ਕਹਿੰਦੇ, ਹੇ ਮਨਾ, ਤੁਹਾਡੀ ਪਸੰਗਤ ਕਰਕੇ ਕੀ ਲਿਆ, ਪਰ ਦਾਰਾ ਨਿੰਦਿਆ ਰਸ ਵਿੱਚ, ਇਹਨਾਂ ਔਗਣਾਂ ਦੇ ਰਸ ਵਿੱਚ, ਇਹਨਾਂ ਦੇ ਪਾਪਾਂ ਦੇ ਰਸ ਵਿੱਚ ਰਚ ਗਿਆ, ਪੂਰਨ ਰੂਪ ਵਿੱਚ ਫਸ ਗਿਆ ਹੈ। ਰਾਮ ਭਗਤ ਨਾ ਕੀਨੀ, ਰਮੇ ਹੋਏ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਤੂੰ ਭਗਤੀ ਨਹੀਂ ਕਰੇ, ਛੱਡਣੇ ਤਾਂ ਤੈਨੂੰ ਇਹ ਸਾਰੇ ਕੁਝ ਚਾਹੀਦੇ ਸਨ, ਕੋਟੀ ਮਤ ਕੋਟੀ ਕੁਸੰਗਤ ਤੈਨੂੰ ਛੱਡਣੀ ਚਾਹੀਦੀ ਸੀ, ਔਰ ਇਹ ਪਾਪ ਛੱਡਣੇ ਚਾਹੀਦੇ ਸਨ, ਇਹ ਛੱਡ ਕੇ ਵਾਹਿਗੁਰੂ ਦੀ ਭਗਤੀ ਕਰਦਾ, ਪਰ ਵਾਹਿਗੁਰੂ ਦੀ ਭਗਤੀ ਨੀ ਤੂੰ ਕੀਤੀ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਜਿਹੜਾ ਮੁਕਤੀ ਦਾ ਪੰਥ ਰਸਤਾ ਨਾ, ਉਹਨੂੰ ਤੂੰ ਜਾਣਿਆ ਨੀ, ਉਹਨੂੰ ਲੱਭਣ ਦਾ ਯਤਨ ਨਹੀਂ ਕੀਤਾ, ਉਹਨੂੰ ਵੇਖਣ ਦਾ ਯਤਨ ਹੀ ਨਹੀਂ ਕੀਤਾ, ਉਸ ਰਸਤੇ ਤੁਰਨ ਦਾ ਤੇਰੇ ਮਨ ਵਿੱਚ ਕਦੇ ਖਿਆਲ ਹੀ ਨਹੀਂ ਆਇਆ। ਉਹ ਰਸਤਾ ਸੀ ਰਾਮ ਭਗਤ, ਵਾਹਿਗੁਰੂ ਦੀ ਭਗਤੀ ਕਰਨ ਦਾ, ਨਾਮ ਜਪਣ ਦਾ, ਪਰ ਉਸ ਰਸਤੇ ਤੇ ਪ੍ਰੇਮਾ ਭਗਤੀ ਦੇ ਰਸਤੇ ਤੇ ਇੱਕ ਨਿਸ਼ਕਾਮ ਭਗਤੀ ਹੈ, ਇੱਕ ਸਾਕਾਮ ਭਗਤੀ। ਸਕਾਮ ਭਗਤੀ ਮਨ ਦੀਆਂ ਇੱਛਾ ਪੂਰੀਆਂ ਕਰਦੀ ਹੈ, ਨਿਸ਼ਕਾਮ ਭਗਤੀ ਮੁਕਤੀ ਦਾ ਮਾਰਗ ਤੁਹਾਨੂੰ ਬਖਸ਼ਿਸ਼ ਕਰਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਜਿਹੜਾ ਮੁਕਤੀ ਦਾ ਪੰਥ ਰਸਤਾ ਨਾ, ਉਹ ਵਾਹਿਗੁਰੂ ਦੀ ਭਗਤੀ, ਉਹ
ਤਾਂ ਤੂੰ ਕੀਤੀ ਨਹੀਂ, ਉਸ ਨੂੰ ਤੂੰ ਜਾਣਿਆ ਨਹੀਂ, ਉਸ ਰਸਤੇ ਨੂੰ ਤਾਂ ਤੂੰ ਵੇਖਿਆ ਨਹੀਂ, ਉਸ ਰਸਤੇ ਵੱਲ ਤਾਂ ਤੁਰਿਆ ਹੀ ਨਹੀਂ, ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਵੱਲ ਨੂੰ ਤਾਂ ਤੂੰ ਪਿੱਠ ਕਰੀ ਬੈਠਾ, ਹਜ਼ੂਰ ਸਾਹਿਬ ਦੇ ਰਸਤੇ ਵੱਲ ਨੂੰ ਤਾਂ ਤੂੰ ਪਿੱਠ ਕਰੀ ਬੈਠਾ, ਗੁਰੂ ਘਰ ਵਾਲਾ ਰਸਤਾ ਜਿਹੜਾ ਗੁਰਦੁਆਰੇ ਕਹਿੰਦਾ ਉਸ ਵੱਲ ਤਾਂ ਤੇਰੀ ਪਿੱਠ ਹੈ। ਮਹਾਂਪੁਰਖ ਤਾਂ ਇੱਥੋਂ ਤੱਕ ਬਚਨ ਕਿਹਾ ਕਰਦੇ, ਕਹਿੰਦੇ ਸਾਧ ਸੰਗਤ ਜੀ ਜੇ ਬਹੁਤਾ ਵੀ ਸਿੱਖ ਜੀਵਨ ਵਿੱਚ ਬਾਣੀ ਦੀ ਨਾਮ ਨਹੀਂ ਜਪ ਸਕਦਾ ਨਾ, ਘੱਟੋ ਘੱਟ 24 ਘੰਟਿਆਂ ਵਿੱਚ ਇੱਕ ਵਾਰੀ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਜਾ ਕੇ ਦਰਸ਼ਨ ਗੁਰੂ ਘਰ ਕਰ ਆਵੇ, ਮੱਥਾ ਟੇਕ ਕੇ ਆਵੇ, ਉਹਦਾ ਵੀ ਭਲਾ, ਉਹ ਵੀ ਨਰਕਾਂ ਵਿੱਚ ਨਹੀਂ ਪੈਂਦਾ। ਇਸ ਰਸਤੇ ਆਉਣ ਦਾ ਐਡਾ ਵੱਡਾ ਫਲ ਹੈ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰ ਕੈ ਨਾਨਕ ਦਿਲ ਮੱਥਾ। ਮਹਾਰਾਜ ਕਹਿੰਦੇ ਜਿਹੜਾ ਮਾਰਗ ਮੁਕਤੀ ਦਾ, ਜਿਹੜਾ ਮਾਰਗ ਹਰਿਮੰਦਰ ਸਾਹਿਬ ਜਾਂਦਾ, ਜਿਹੜਾ ਮਾਰਗ ਹਜ਼ੂਰ ਸਾਹਿਬ ਨੂੰ ਜਾਂਦਾ, ਜਿਹੜਾ ਮਾਰਗ ਗੁਰ ਅਸਥਾਨ ਨੂੰ ਜਾਂਦਾ, ਉਸ ਮਾਰਗ ਉੱਤੇ ਚੱਲਿਆ ਕਰ, ਤੁਰਿਆ ਕਰ, ਉਸ ਰਸਤੇ ਨੂੰ ਚੱਲ, ਭਗਤੀ ਦੇ ਮਾਰਗ ਦੇ ਉੱਤੇ ਤੁਰਨਾ ਕਰ। ਜੇ ਤੂੰ ਚਰਨ ਚਲੋ ਮਾਰਗ ਹੋਵੇ, ਵਾਹਿਗੁਰੂ ਦੇ ਗੁਰਮਤ ਗਾਡੀ ਮਾਰਗ ਦੇ ਰਸਤੇ ਦੇ ਉੱਤੇ ਆਪਣਾ ਚਰਨ ਆਪਣਾ ਕਦਮ ਰੱਖੇਗਾ ਨਾ, ਇੱਕ ਇੱਕ ਕਦਮ ਵੀ ਰੱਖੇਗਾ, ਇੱਕ ਇੱਕ ਕਦਮ ਵੀ ਤੁਰ ਕੇ ਜਾਵੇਗਾ, ਤਾਂ ਮਹਾਰਾਜ ਕਹਿੰਦੇ ਮਿਟੇ ਪਾਪ ਜਪੀਐ ਹਰ ਬਿੰਦ, ਤੇਰੇ ਸਾਰੇ ਪਾਪ ਮਿਟ ਜਾਣ, ਤੇਰੇ ਪਾਪ ਧੋਤੇ ਜਾਣ, ਪਾਪਾਂ ਤੋਂ ਛੁਟਕਾਰਾ ਹੋ ਜਾਏਗਾ, ਨਿੰਦਿਆ ਦੇ ਵਿਕਾਰਾਂ ਦੇ ਰਸਾਂ ਤੋਂ ਤੇਰਾ ਛੁਟਕਾਰਾ ਹੋ ਜਾਏ। ਜੇ ਪਾਪੀ ਮਨੁੱਖ ਵੀ ਸੰਗਤ ਵਿੱਚ ਆਉਣ ਲੱਗ ਪਵੇ ਨਾ ਸਾਧ ਸੰਗਤ ਜੀ, ਉਹਦੇ ਵੀ ਪਾਪ ਛੁੱਟ ਜਾਂਦੇ, ਪਾਪਾਂ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਇੱਕ ਦਿਨ। ਇਸ ਕਰਕੇ ਮਹਾਰਾਜ ਕਹਿੰਦੇ ਮੁਕਤੀ ਦਾ ਪੰਥ, ਮੁਕਤੀ ਦਾ ਮਾਰਗ ਜਿਹੜਾ, ਉਹ ਤਾਂ ਤੂੰ ਜਾਣਿਆ ਹੀ ਨਹੀਂ ਹੈ, ਉਸ ਰਸਤੇ 'ਤੇ ਤਾਂ ਤੁਰਿਆ ਹੀ ਨਹੀਂ, ਸਮਝਿਆ ਹੀ ਨਹੀਂ ਹੈ। ਧਨ ਚੋਰ ਲਕਾ ਧਾਇਆ, ਦੂਜਾ ਤੇਰੇ ਅੰਦਰ ਪਹਿਲਾਂ ਵਿਕਾਰਾਂ ਦਾ ਰਸ, ਦੂਜਾ ਨਿੰਦਿਆਂ ਦਾ ਰਸ, ਤੀਜਾ ਲੋਭ ਦਾ ਰਸ। ਲੋਭ ਦਾ ਰਸ ਤੇਰੇ ਅੰਦਰ ਇੰਨਾ ਪ੍ਰਬਲ ਹੋ ਗਿਆ, ਧਨ ਜੋੜਨ ਵਾਸਤੇ ਧਾਇਆ ਅੱਠੇ ਪੈਰ ਦੌੜਿਆ ਫਿਰਦਾ, ਥਾਂ ਥਾਂ ਧਾਇਆ ਕੀ ਭਟਕਦਾ ਫਿਰਦਾ, ਇਹ ਧਨ ਕਿਵੇਂ ਨਾ ਕਿਵੇਂ ਮਿਲ ਜਾਵੇ। ਗੁਰਬਾਣੀ ਵਿੱਚ ਆਇਆ ਨਾ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਧ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਲੋਕਾਂ ਧਨ ਜੋੜਨ ਵਾਸਤੇ। ਉਹ ਧਨ ਫਿਰ ਤੂੰ ਪਰਿਵਾਰ ਕੋਲੇ, ਪੁੱਤਰਾਂ ਧੀਆਂ ਕੋਲੇ ਆ ਕੇ ਲਟਾਉਣਾ, ਪੁੱਤਰਾਂ ਧੀਆਂ ਦੀ ਪਰਿਵਾਰ ਦੀ ਤਾਂ ਲੋੜ ਪੂਰੀ ਕਰਨੀ ਹੈ, ਲਟਾਉਣਾ ਨਹੀਂ। ਮਸਾਂ ਮਸਾਂ ਇੰਨੀਆਂ ਮਿਹਨਤਾਂ ਤੁਸੀਂ ਕਿਰਤ ਕਮਾਈ ਕਰਕੇ ਕਰਦੇ ਹੋ, ਕੋਈ ਖੇਤੀ ਕਰਦਾ, ਕੋਈ ਵਪਾਰ ਕਰਦਾ, ਕੋਈ ਨੌਕਰੀ ਚਾਕਰੀ ਕਰਦਾ, ਅਤੇ ਸਾਧ ਸੰਗਤ ਦੀ ਔਲਾਦ ਦੇ ਅੱਗੇ ਹੱਥ ਝਾੜ ਕੇ ਬਹਿ ਜਾਏਗਾ, ਬੇਵੱਸ ਹੋ ਜਾਏਗਾ। ਤੁਹਾਡੀ ਮਾਇਆ ਤੁਹਾਡੀ ਔਲਾਦ ਕੋਲੇ ਜਦੋਂ ਆ ਕੇ ਉੱਜੜਦੀ ਹੈ,
ਫਿਰ ਉਹ ਸ਼ਰਾਬਾਂ ਪੀਂਦੇ ਆ, ਕਬਾਬ ਖਾਂਦੇ ਆ, ਪਾਪ ਕਰਦੇ ਆ, ਉਹ ਉੱਡ ਗਿਆ ਨਾ ਇਹਦੀ ਮਿਹਨਤ ਮਸ਼ਕਤ ਕਰਕੇ। ਜੇ ਉਹੀ ਧਨ ਲੋੜਾਂ ਪੂਰੀਆਂ ਕਰਨ ਤੋਂ ਉਪਰੰਤ ਗੁਰੂ ਦੇ ਦਰ ਦੀ ਸੇਵਾ ਵਿੱਚ ਦਿੱਤਾ ਹੁੰਦਾ, ਸੰਗਤ ਦੀ ਸੇਵਾ ਵਿੱਚ ਦਿੱਤਾ ਹੁੰਦਾ, ਪਰ ਉਪਕਾਰ ਤੇ ਲਾਇਆ ਹੁੰਦਾ, ਤਾਂ ਉਹ ਮਾਇਆ ਤੁਹਾਡੀ ਸਫਲੀ ਹੋਣੀ ਸੀ, ਉਹ ਮਾਇਆ ਵੀ ਤੁਹਾਡੀ ਧਨਤਾ ਦੇ ਯੋਗ ਬਣ ਜਾਣੀ ਸੀ। ਇਸ ਕਰਕੇ ਮਹਾਰਾਜ ਕਹਿੰਦੇ ਤੀਜਾ ਦੋਸ਼ ਲੋਭ ਵਿੱਚ ਧਨ ਜੋੜਨ ਕੋਲ ਪਾਇਆ, ਧਨ ਜੋੜਨ ਵਾਸਤੇ ਹੀ ਧਾਇਆ ਭੱਜਿਆ ਦੌੜਿਆ ਫਿਰਦਾ ਅੱਠੇ ਪੈਰ, ਕਹਿੰਦਾ ਰੁਪਈਆ ਜੁੜ ਗਿਆ ਹੁਣ ਦੋ ਜੋੜਾਂ, ਹੁਣ ਸੌ ਜੋੜ ਲਵਾਂ, ਹਜ਼ਾਰ ਲੱਖਾਂ ਕਰੋੜਾਂ ਅਰਬਾਂ ਖਰਬਾਂ। ਪਰ ਮਹਾਰਾਜ ਕਹਿੰਦੇ ਤ੍ਰਿਸ਼ਨਾ ਮਿਲੇ ਹੀ ਕੀ ਬੁਝੀ ਹੈ, ਕੋੜ ਜੋਰੇ ਲਾਖ ਕਰੋਰੇ ਮਾਨਾ ਹੋਰੇ ਪਰੇ ਪਰੇ ਹੀ ਕੋ ਲੁੱਚੀ। ਕਾਲੂ ਪਾਤਸ਼ਾਹ ਨਾਲੋਂ ਵੱਡਾ ਧਨ ਜੋੜਨ ਵਾਲਾ ਦੁਨੀਆਂ ਵਿੱਚ ਕੌਣ ਹੋਇਆ? ਪਰ ਸਾਧ ਸੰਗਤੀ ਕਾਲੂ ਪਾਤਸ਼ਾਹ ਦੀ ਹਾਲਤ ਵੇਖ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਕਾਲੂ ਕਿ ਧੰਨ ਕਾਹਦੇ ਵਾਸਤੇ ਜੋੜਿਆ? ਕਹਿਣ ਲੱਗਾ ਜੀ ਬੜੇ ਸੁੱਖ ਆਰਾਮ ਆਨੰਦ ਵਾਸਤੇ, ਸਾਰਾ ਕੁਝ ਸੁੱਖ ਭੋਗਣ ਵਾਸਤੇ, ਦੁਨੀਆਂ ਦੇ ਸੁੱਖ ਲੈਣ ਵਾਸਤੇ। ਮਹਾਰਾਜ ਕਹਿੰਦੇ ਇਹ ਤਾਂ ਧੰਨ ਜਿਹੜਾ ਇੱਥੇ ਰਹਿ ਜਾਂਦਾ। ਕਹਿੰਦਾ ਨਹੀਂ ਮਹਾਰਾਜ, ਸਤਿਗੁਰੂ ਕਹਿੰਦੇ ਫਿਰ ਆ ਸੂਈ ਲੈ ਲੈ, ਜਦੋਂ ਦਰਗਾਹ ਨੂੰ ਜਾਵੇਗਾ ਆਪਣੇ ਨਾਲ ਲੈ ਕੇ ਜਾਏ। ਕਾਰੂ ਕਹਿਣ ਲੱਗਾ ਮਹਾਰਾਜ ਦਰਗਾਹ ਵਿੱਚ ਤਾਂ ਦੇਹ ਨਹੀਂ ਜਾਂਦੀ। ਦਸਮ ਪਾਤਸ਼ਾਹ ਨੇ ਕਿਹਾ ਨਾ ਸੰਗ ਕੀ ਦੇਹ ਨਾ ਸੰਗ ਸਦੈ, ਅੱਠੇ ਪੈਰ ਰਹਿਣ ਵਾਲੀ ਦੇਹ ਵੀ ਨਾਲ ਨਹੀਂ ਤੁਰਦੀ, ਨਾਲ ਨਹੀਂ ਜਾਂਦੀ, ਇੱਥੇ ਰਹਿ ਜਾਂਦੀ ਹੈ, ਉਹ ਵੀ ਸਾਥ ਨਹੀਂ ਦਿੰਦੀ। ਜਿਹੜੇ ਸਰੀਰ ਦਾ ਇੰਨਾ ਮੋਹ ਕਰਦਾ, ਇੰਨੀ ਲਿਪਾ ਪੂਰਤੀ ਕਰਦਾ, ਇਹ ਵੀ ਇੱਥੇ ਰਹਿ ਜਾਂਦਾ, ਇਹ ਵੀ ਨਾਲ ਨਹੀਂ ਜਾਂਦਾ, ਤੇ ਮਹਾਰਾਜ ਸੂਈ ਕਿੱਥੋਂ ਜਾਏਗੀ? ਮਹਾਰਾਜ ਕਹਿੰਦੇ ਚਾਲੀ ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੇ ਲੋਕੋ ਕਾਰੋ ਹੋਤਾ ਪਰੇਸ਼ਾਨ। ਚਾਲੀ ਗੰਜ ਜੋੜੇ, ਗੰਜ ਸਾਧ ਸੰਗਤ ਜੀ ਵੱਡੇ ਵੱਡੇ ਢੇਰ ਲਾ ਲਏ ਪਹਾੜਾਂ ਜਿੱਡੇ, ਇੰਨੀਆਂ ਸੋਨੇ ਦੀਆਂ ਤੇ ਚਾਂਦੀ ਦੀਆਂ ਮੋਹਰਾਂ ਦੇ ਵੱਡੇ ਵੱਡੇ ਢੇਰ ਲਾ ਲਏ ਪੂਰੇ ਮੁਲਕ ਵਿੱਚੋਂ, ਮੁਰਦਿਆਂ ਦੀਆਂ ਕਬਰਾਂ ਵਿੱਚੋਂ ਪੈਸੇ ਕਢਾ ਲਏ, ਇੰਨਾ ਲੋਭੀ ਇੰਨਾ ਲਾਲਚੀ। ਮਹਾਰਾਜ ਕਹਿੰਦੇ ਸੂਈ ਨਹੀਂ ਜਾਣੀ, ਤੇ ਗਰੀਬਾਂ ਦਾ ਲਹੂ ਪੀਤਾ ਜਿਹੜਾ ਤੂੰ, ਇਹ ਤੇਰੇ ਨਾਲ ਚਲਿਆ ਜਾਏਗਾ। ਦ੍ਰਿਸ਼ਟੀ ਪਾਈ ਅੰਦਰੋਂ ਪਾਪੀ ਆਤਮਾ ਨੂੰ ਜਗਾਇਆ, ਜਿਹੜੀ ਪਾਪਾਂ ਵਿੱਚ ਸੁੱਤੀ ਹੋਈ ਆਤਮਾ ਸੀ ਨਾ, ਉਹਨੂੰ ਜਗਾਇਆ ਮੇਰੇ ਸੱਚੇ ਪਾਤਸ਼ਾਹ, ਹੱਥ ਜੋੜ ਲਏ, ਬਖਸ਼ ਲਓ। ਮਹਾਰਾਜ ਕਹਿੰਦੇ ਗਰੀਬਾਂ ਨੂੰ ਵੰਡਦੇ ਜੇ ਭਲਾ ਕਰਾਉਣਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਧਨ ਜੋੜਨ ਕੋ ਧਾਇਆ, ਜੈਜ ਨਜੈਜ ਕੋਈ ਪੱਖ ਨਹੀਂ ਹੈ ਮਨੁੱਖ ਤੂੰ ਛੱਡਦਾ। ਤੀਸਰਾ ਲੋਭ ਵਿੱਚ ਫਸ ਕੇ ਧਨ ਨੂੰ ਜੋੜਨ ਵਾਸਤੇ ਹੀ ਦੌੜਿਆ ਰਹਿੰਦਾ ਅੱਠੇ ਪਹਿਰ। ਆ ਵਿਦੇਸ਼ਾਂ ਵਿੱਚ ਸਾਧ ਸੰਗਤ ਜੀ ਮੈਂ ਤਾਂ ਅੱਖੀ ਵੇਖਿਆ, ਹਫ਼ਤਾ ਹਫ਼ਤਾ ਪਰਿਵਾਰ ਦੇ ਜੀ ਇੱਕ ਦੂਸਰੇ ਨੂੰ ਐਤਵਾਰ ਤੋਂ ਨਹੀਂ ਮਿਲ ਪਾਉਂਦੇ, ਐਤਵਾਰ ਤੋਂ ਮਿਲ, ਜੇ ਕੋਈ ਦਿਨੇ ਕੰਮ 'ਤੇ ਜਾਂਦਾ ਰਾਤ ਨੂੰ ਤੁਰ ਜਾਂਦਾ, ਜੇ ਕੋਈ ਰਾਤ ਨੂੰ ਜਾਂਦਾ ਤਾਂ ਦਿਨੇ, ਰਾਤ ਦਿਨ ਵੀ ਚੈਨ ਨਹੀਂ ਮਿਲਦੀ। ਹਫ਼ਤੇ ਹਫ਼ਤੇ ਬਾਅਦ ਕਿਤੇ ਪਰਿਵਾਰ ਇਕੱਠਾ ਹੁੰਦਾ। ਧਨ ਚਾਹੀਦਾ ਸੰਸਾਰ ਦੀਆਂ ਲੋੜਾਂ ਅਤੇ ਫਰਜ਼ ਪੂਰਤੀ ਵਾਸਤੇ, ਪਰ ਜਿਹੜਾ ਉਸ ਤੋਂ ਵੱਧ ਹੈ ਉਹ ਗੁਰੂ ਦੀ ਸੇਵਾ ਵਿੱਚ ਲਾ ਸਫਲੀ ਕਰੋ। ਧੰਨ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭੰਡਰਾਂ ਵਾਲੇ
ਐਸਾ ਉਹਨਾਂ ਦਾ ਜੀਵਨ ਸਾਧ ਸੰਗਤ ਜੀ ਜਿਹਨਾਂ ਦੇ ਵਿਦਿਆਰਥੀਆਂ ਦੀ ਯਾਦ ਵਿੱਚ ਬੈਠੇ ਹੋ। ਜੇ ਮਾਇਆ ਆ ਜਾਣੀ ਕਿਸੇ ਸਿੰਘ ਨੇ ਦੇ ਦੇਣੀ, ਪਹਿਲੀ ਗੱਲ ਲਿਆ ਵੀ ਨਹੀਂ ਕਰਦੇ, ਜੇ ਦੇ ਦੇਣੀ ਬਦੋ ਬਦੀ ਮੱਲੋ ਡੋਰੀ ਤਾਂ ਸਿੰਘਾਂ ਨੂੰ ਬੁਲਾਉਣਾ, ਕਹਿੰਦੇ ਭਾਈ ਆ ਮਾਇਆ ਲੈ ਜਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੜਾ ਪ੍ਰਸ਼ਾਦੀ ਦੇਵ ਕਰਾ ਕੇ। ਬਹੁਤ ਹੀ ਮਾਇਆ ਹੋਣੀ ਉਹਨਾਂ ਸਮਿਆਂ 'ਚ। ਇੱਕ ਵੇਰੀ ਕਿਸੇ ਸਿੰਘ ਨੇ 1,00,000 ਰੁਪਇਆ ਚੜਾਇਆ, 1,00,000 ਹਰਿਮੰਦਰ ਸਾਹਿਬ ਸਾਰੀ ਮਾਇਆ ਦੀ ਦੇਗ ਕਰਾਤੀ। ਸਾਰਾ ਦਿਨ ਸਾਰੀ ਰਾਤ ਦੇਗ ਖੁੱਲ੍ਹੇ ਕੱਪੜਿਆਂ ਵਿੱਚ ਵਰਤਦੀ ਰਹੀ ਸੰਗਤਾਂ ਲਈ। ਹਜ਼ੂਰ ਸਾਹਿਬ ਦੀ ਯਾਤਰਾ ਸਿੰਘਾਂ ਨੂੰ ਭੇਜ ਕੇ, ਲੰਗਰਾਂ ਵਿੱਚ ਮਾਇਆ ਖਰਚ ਕਰ ਦੇਣੀ। ਇੱਕ ਵੇਰੀ ਭਾਈ ਕਰਮ ਸਿੰਘ ਦੇ ਮਨ ਵਿੱਚ ਫੁਰਨਾ ਉੱਠਿਆ। ਭਾਈ ਕਰਮ ਸਿੰਘ ਜੀ ਸਾਧ ਸੰਗਤ ਨਾਭਾ ਸਾਹਿਬ ਦੇ ਨੇੜੇ ਦੇ ਨਗਰ ਦੇ ਸਨ, ਮਹਾਂਪੁਰਖਾਂ ਇਹਨਾਂ ਦੇ ਨਾਲ ਵੀ ਰਹੇ, ਵੱਡਿਆਂ ਦੇ ਗੜਬਾਈ। ਉਹਨਾਂ ਦੇ ਮਨ ਵਿੱਚ ਸੰਕਲਪ ਹੋਇਆ ਕਿ ਵੱਡੇ ਵੱਡੇ ਮਹਾਂਪੁਰਖਾਂ ਦੇ ਵੱਡੇ ਵੱਡੇ ਅਸਥਾਨ ਡੇਰੇ ਬਣੇ ਹੋਏ ਹੈ, ਅਤੇ ਮਹਾਂਪੁਰਖਾਂ ਦਾ ਸਰੀਰ ਪਿਛਲੇ ਸਮੇਂ ਵਿੱਚ ਬਹੁਤ ਢਿੱਲਾ ਰਿਹਾ। ਸਰੀਰਕ ਤੌਰ 'ਤੇ ਕਈ ਤਰ੍ਹਾਂ ਦੇ ਰੋਗ ਸਰੀਰ ਨੂੰ ਕਹਿਣ ਲੱਗੇ। ਜੇ ਆਪਣਾ ਕੋਈ ਅਸਥਾਨ ਬਣਿਆ ਹੁੰਦਾ, ਗੱਡੀਆਂ ਦੇ ਸਾਧਨ ਹੁੰਦੇ, ਤਾਂ ਮਹਾਂਪੁਰਖ ਆਪਣੇ ਅਸਥਾਨ 'ਤੇ ਰਹਿ ਕੇ ਆਰਾਮ ਕਰਦੇ। ਮਹਾਂਪੁਰਸ਼ਾਂ ਨੇ ਪਾਸ ਬੈਠਿਆਂ ਬੈਠਿਆਂ ਫੁਰਨਾ ਕੀਤਾ। ਮਹਾਂਪੁਰਖਾਂ ਨੇ ਸਾਧ ਸੰਗਤ ਜੀ ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀਆਂ। ਭਾਈ ਕਰਮ ਸਿੰਘ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਕਰਮ ਸਿੰਘਾ ਸਤਿਗੁਰਾਂ ਦੀ ਕਿਰਪਾ ਹੋਵੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਐਡੀ ਵੱਡੀ ਹੈ, ਜੇ ਫੁਰਨਾ ਵੀ ਕਰ ਲਈਏ ਤਾਂ ਸੋਨੇ ਦੀਆਂ ਕੰਧਾਂ ਖੜੀਆਂ ਕਰਕੇ ਡੇਰਾ ਬਣਾ ਲਈਏ। ਪਰ ਕਹਿੰਦੇ ਮਿੱਟੀ ਪਈ ਅਦੋਲ ਵੀ ਕੋਏ ਨਾ ਉਸੀ ਪਈ, ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਦੋਲ ਵੀ ਕੋਏ ਨਾ ਉਸੀ ਪਈ। ਇਹ ਪੰਕਤੀਆਂ ਪੜ੍ਹੀਆਂ, ਇੰਨਾ ਵੈਰਾਗ ਉਹਨਾਂ ਦੇ ਹਿਰਦੇ ਵਿੱਚ। ਸੋ ਸਾਧ ਸੰਗਤ ਜੀ ਉਸ ਸੇਵਾ ਵਿੱਚ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਪਾਸ ਇੱਕ ਵਾਰੀ ਕਿਸੇ ਸਿੰਘ ਨੇ ਕੋਈ ਮਾਇਆ ਦਾ ਵਚਨ ਚਲਾਇਆ। ਮਹਾਂਪੁਰਖ ਮੁਸਕਰਾਏ, ਮੁਸਕਰਾ ਕੇ ਕਹਿਣ ਲੱਗੇ, ਕਬੀਰ ਸਾਢੇ ਤੀਨ ਹੱਥ ਧਨੀ ਤਾਂ ਪੌਣੇ ਚਾਰ। ਇਹ ਮੈਂ ਪੰਕਤੀਆਂ ਆਪਣੇ ਕੰਨੀ ਸੁਣਿਆ। ਕਹਿੰਦੇ ਬਈ ਅੰਤ ਨੂੰ ਤਾਂ ਕਹਿੰਦੇ ਸਾਢੇ ਕੁ ਤਿੰਨ ਗਾਡੀ ਧਰਤੀ ਮੜੀਆਂ ਵਿੱਚ ਮਿਲਣੀ ਹੈ, ਜਿੰਨਾ ਮਰਜ਼ੀ ਜੋੜ ਲੈ। ਕਹਿੰਦੇ ਜੇ ਮੇਰੇ ਵਰਗਾ ਲੰਮਾ ਹੋਇਆ ਤਾਂ ਪੌਣੇ ਕੁ ਚਾਰ ਗੱਡ ਮਿਲ ਜੂਗੀ, ਇਸ ਤੋਂ ਵੱਧ ਤਾਂ ਮਿਲਣਾ ਨਹੀਂ। ਸੋ ਐਸਾ ਵੈਰਾਗ ਮਹਾਂਪੁਰਖਾਂ ਦੇ ਗੁਰਮੁਖਾਂ ਦੇ ਹਿਰਦੇ ਵਿੱਚ। ਮਾਇਆ ਪਦਾਰਥ ਉਹਨਾਂ ਕੋਲੇ ਬੇਸ਼ੁਮਾਰ, ਟਿੱਕਾ ਬਾਲ ਮਦਾਈ ਕੋਲੇ। ਧੰਨ ਗੁਰੂ ਨਾਨਕ ਸਾਹਿਬ ਗਏ ਸਾਧ ਸੰਗਤ ਜੀ, ਕੋਠੇ ਜਿਹੜੇ ਆ ਵਸਤਰਾਂ ਨਾਲ ਭਰੇ ਹੋਏ ਆ, ਭਾਵ ਵੱਡੇ ਵੱਡੇ ਥਾਂ ਚਿਣਕੇ ਲੱਗੇ ਹੋਏ ਆ, ਪਦਾਰਥਾਂ ਨਾਲ ਮਕਾਨ ਭਰੇ ਹੋਏ ਆ, ਕੋਈ ਕਮੀ ਨਹੀਂ, ਧੰਨ ਦੇ ਅਪਾਰ ਲੱਗੇ ਹੋਏ ਆ। ਭਾਈ ਬਾਲਾ ਮਰਦਾਨਾ ਕਹਿਣ ਲੱਗਾ, ਮਹਾਰਾਜ ਇਹ ਜਿਹੜਾ ਸਾਧੂ ਹੈ ਨਾ, ਇਹ ਬੜਾ ਅਮੀਰ ਹੈ, ਕੋਠਿਆਂ ਦੇ ਕੋਠੇ ਧਨ ਨਾਲ, ਵਸਤਰਾਂ ਨਾਲ, ਪਦਾਰਥਾਂ ਨਾਲ ਭਰੇ ਹੋਏ।
ਮਹਾਰਾਜ ਕਹਿੰਦੇ ਮਰਦਾਨਿਆਂ ਠਹਿਰ ਤੈਨੂੰ ਵਿਖਾਉਣੇ ਆ। ਜਦੋਂ ਦੁਪਹਿਰ ਤੋਂ ਬਾਅਦ ਦੁਪਹਿਰਾ ਢਲ ਗਿਆ ਨਾ ਸਾਧ ਸੰਗਤ ਜੀ, ਤਿੱਕਾ ਬਾਲ ਗੋਦਾਈ ਨੇ ਭਖੜਾ ਪੀਸਿਆ, ਪੀਸ ਕੇ ਆਟਾ ਗੁੰਨ ਕੇ ਉਹਦਾ ਇੱਕ ਪ੍ਰਸ਼ਾਦਾ ਬਣਾਇਆ। ਪ੍ਰਸ਼ਾਦਾ ਬਣਾ ਕੇ ਉੱਤੇ ਲੂਣ ਰੱਖ ਕੇ ਕੋਲੇ ਪਾਣੀ ਦਾ ਪਿਆਲਾ ਰੱਖ ਕੇ ਛਕ ਲਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਬਾਲਾ ਮਰਦਾਨਾ, ਵੇਖ ਕੇ ਸਾਧੂ ਦੀ ਕਮਾਈ ਕਿੰਨਾ ਵੈਰਾਗ ਕਿੰਨੇ ਤਿਆਗ ਵਿੱਚ ਹੈ। ਸਰੀਰ ਉੱਤੇ ਫਟੇ ਪੁਰਾਣੇ ਵਸਤਰ ਪਾਏ ਹੋਏ ਹੈ ਤੇ ਭਖੜੇ ਦੀ ਇੱਕ ਰੋਟੀ ਅੱਠਾਂ ਪਹਿਰਾਂ ਵਿੱਚ ਖਾਂਦਾ, ਪਰ ਬਰਕਤ ਇਹਨੂੰ ਨਾਮ ਜਪ ਕੇ ਇੰਨੀ ਮਿਲੀ ਹੈ ਕਿ ਰਿੱਧੀਆਂ ਸਿੱਧੀਆਂ ਵੀ ਇਹਦੇ ਪੈਰਾਂ ਵਿੱਚ ਰੋਲੀਆਂ ਫਿਰਦੀਆਂ। ਇਹ ਪਰਉਪਕਾਰ ਲਈ ਖਰਚ ਰਿਹਾ, ਦੁਨੀਆਂ ਦੇ ਭਲੇ ਵਿੱਚ ਲਾ, ਲੋੜਵੰਦਾਂ ਨੂੰ ਵੰਡ ਰਿਹਾ, ਆਪਣੇ ਉੱਤੇ ਨਹੀਂ ਕਰ। ਇਹ ਤਿਆਗੀ ਹੈ, ਇਹ ਵਿਰਾਗੀ ਹੈ, ਇਹਦੇ ਉੱਤੇ ਵਾਹਿਗੁਰੂ ਦੀ ਕਿਰਪਾ। ਇਹ ਨਾਮ ਨੂੰ ਕਮਾ ਰਿਹਾ, ਨਾਮ ਨੂੰ ਧਾਨੀ ਨੇ ਜਮਾ। ਸੰਤ ਮਹਾਰਾਜ ਬਾਬਾ ਜੀ ਮਹਾਂਪੁਰਖ ਸਾਲੀ ਵਾਲੇ ਤੁਸੀਂ ਦਰਸ਼ਨ ਕੀਤੇ ਹੈ, ਮੈਂ ਵੀ ਉਹਨਾਂ ਦੀ ਚਰਨ ਧੂਪ ਪ੍ਰਾਪਤ ਕੀਤੀ ਹੈ। ਇੰਨੀ ਸੰਗਤ ਉਹਨਾਂ ਦਾ ਸਨਮਾਨ ਲੈਣਾ ਲੱਗੀਆਂ ਰਹਿੰਦੀਆਂ, ਕਰੋੜਾਂ ਕਰੋੜਾਂ ਹੀ ਧਨ ਉਹਨਾਂ ਦੇ ਚਰਨਾਂ ਵਿੱਚ ਆਉਂਦਾ, ਕਰੋੜਾਂ ਦੇ ਰੂਪ ਵਿੱਚ ਵਸਤਰ ਮਾਇਆ ਪਦਾਰਥ ਇੱਕ ਹੱਥ ਆਉਂਦਾ ਦੂਸਰੇ ਹੱਥ ਵੰਡੀ ਕਰਦੇ। ਕੋਈ ਬੈਂਕ ਬੈਲੈਂਸ ਨਹੀਂ ਉਹਨਾਂ ਨੇ ਬਣਾਇਆ। ਮੇਰੇ ਸਾਹਮਣੇ ਇੱਕ ਵਾਰੀ ਮੁਸਲਮਾਨ ਮੀਰ ਆਏ, ਬਾਬਾ ਪਰਮਜੀਤ ਸਿੰਘ ਜੀ ਵੀ ਕੋਲੇ ਸਨ, ਕਹਿਣ ਲੱਗੇ ਮਹਾਰਾਜ ਮਸੀਤ ਬਣਾਉਣੀ ਹੈ। ਉਸੇ ਵਕਤ ਲੱਖਾਂ ਰੁਪਇਆ ਕੱਢ ਕੇ ਦੇ ਦਿੱਤਾ। ਜੇ ਕੋਈ ਹਿੰਦੂ ਆ ਗਿਆ ਹਿੰਦੂਆਂ ਨੂੰ ਦੇ ਦਿੱਤਾ। ਆ ਪੁਲਿਸ ਵਾਲਿਆਂ ਨੇ ਕਹਿਣਾ ਜੀ ਥਾਣੇ ਦੇ ਵਿੱਚ ਕਮਰੇ ਬਣਾਉਣੇ ਆ, ਭਾਈ ਤੁਸੀਂ ਵੀ ਲੈ ਲਓ। ਗਰੀਬ ਆ ਗਿਆ, ਲੋੜਵੰਦ ਆ ਗਿਆ, ਸ਼ਹੀਦ ਪਰਿਵਾਰ ਆ ਗਏ, ਸ਼ਹੀਦੀ ਯਾਦਗਾਰ ਦੀ ਸੇਵਾ ਚੱਲ ਰਹੀ ਸੀ। ਸਾਧ ਸੰਗਤ ਜੀ ਮਹਾਂਪੁਰਖ ਬਾਬਾ ਪਰਮਜੀਤ ਸਿੰਘ ਜੀ ਨੂੰ ਕਹਿਣ ਲੱਗੇ 11 ਲੱਖ ਰੁਪਇਆ ਉਸ ਸੇਵਾ ਵਿੱਚ ਦਿਓ। ਮੈਂ ਬੜੇ ਤਰਲੇ ਕੀਤੇ, ਮਹਾਰਾਜ ਤੁਸੀਂ ਅਸ਼ੀਰਵਾਦ, ਤੁਹਾਡੀ ਅਰਦਾਸ ਹੀ ਚਾਹੀਦੀ ਹੈ। ਕਹਿਣ ਲੱਗੇ ਨਹੀਂ। ਜਦੋਂ 26 ਜਨਵਰੀ 2006 ਵਿੱਚ ਆਪਾਂ ਵਿਸ਼ਵ ਸਿੱਖ ਸੰਮੇਲਨ ਫਤਿਹਗੜ੍ਹ ਸਾਹਿਬ ਕੀਤਾ ਸੀ, ਵੱਡਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਵਿੱਚ, ਮੈਂ ਦਰਸ਼ਨ ਕਰਨ ਆਇਆ। ਮਹਾਂਪੁਰਖ ਮੈਨੂੰ ਵਧੋ ਵਧੀ ਮਾਇਆ ਦੇਣ, ਮੈਂ ਬੇਨਤੀਆਂ ਕਰਾਂ ਮਹਾਰਾਜ, ਮੈਨੂੰ ਮਾਇਆ ਨਹੀਂ ਚਾਹੀਦੀ, ਤੁਹਾਡੀ ਖੁਸ਼ੀ ਚਾਹੀਦੀ, ਕਿਰਪਾ ਕਰੋ। ਕਹਿਣ ਲੱਗੇ ਭਾਈ ਦੇਣੇ ਦੇਣੇ। ਮੈਂ ਫਿਰ ਬੇਨਤੀ ਕੀਤੀ, ਕਹਿੰਦੇ ਨਹੀਂ, ਹੁਣ ਸਾਡਾ ਪੁਰਨਾ ਬਣ ਗਿਆ। ਮੈਂ ਕਿਹਾ ਮਹਾਰਾਜ ਇਹ ਮਾਇਆ ਕਿੱਥੇ ਲਾਵਾਂ, ਚੁੱਪ ਕਰ ਗਏ। ਫਿਰ ਪੁੱਛਿਆ, ਕਹਿੰਦੇ ਜਿੱਥੇ ਤੇਰੀ ਮਰਜ਼ੀ ਲਾ ਦੇ। ਮੈਂ ਫਿਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਕਹਿੰਦੇ ਚੰਗਾ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਚਲਾ। ਸਾਧ ਸੰਗਤ ਜੀ ਲੱਖਾਂ ਦਾ ਇਕੱਠ ਤੇ ਉਹਨਾਂ ਮਹਾਂਪੁਰਖਾਂ ਦੀ ਦਿੱਤੀ ਮਾਇਆ ਨਾਲ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਪੈਣ ਤੱਕ ਦੇਗ ਵਰਤਦੀ ਰਹੀ, ਦੇਗ ਨਹੀਂ ਮੁੱਕੀ। 40 ਏਕੜਾਂ ਦੇ ਵਿੱਚ ਸਾਰੇ ਸਮਾਗਮ ਦਾ ਪ੍ਰਬੰਧ ਕੀਤਾ ਹੋਇਆ ਸੀ। ਲੱਖਾਂ ਹੀ ਸੰਗਤਾਂ ਆਈਆਂ, ਲੁਧਿਆਣੇ ਤੋਂ ਲੈ ਕੇ ਸਰਹੰਦ ਫਤਿਹਗੜ੍ਹ ਸਾਹਿਬ ਤੱਕ ਜਾਮ ਲੱਗ ਗਏ ਸਨ ਉਸ ਇਕੱਠ ਵਿੱਚ। ਅਰੇ ਮਹਾਂਪੁਰਖਾਂ ਦੀ ਬਰਕਤ ਔਰ ਤਿਆਗ ਕਿੰਨਾ ਵੱਡਾ ਨਿਰਲੇਪਤਾ, ਮਾਇਆ ਪਦਾਰਥ ਤੋਂ ਕਿੰਨੀ ਨਿਰਲੇਪਤਾ। ਵੇਖਣ ਵਾਲਿਆਂ ਨੇ ਵੇਖਣਾ, ਬਾਬਾ ਜੀ ਕੋਲੇ ਮਾਇਆ ਆਉਂਦੀ, ਆਪਣੀਆਂ ਜੇਬਾਂ ਵਿੱਚ ਹੀ ਪਾਈ ਜਾਂਦੇ ਆ।
ਸਰੀਰ ਤਾਂ ਉਹਨਾਂ ਦਾ ਬਹੁਤ ਸੂਖਲ ਸੀ ਜਿਹਨਾਂ ਨੇ ਦਰਸ਼ਨ ਕੀਤੇ ਆ, ਔਰ ਪ੍ਰਸ਼ਾਦਾ ਵੀ ਸਾਧ ਸੰਗਤ ਜੀ ਬਹੁਤ ਘੱਟ ਤੋਂ ਘੱਟ ਛੱਡਦੇ, ਇੱਕ ਦੋ ਗੁਰਮੀਏ ਗ੍ਰਾਹੀਆਂ ਲਿਆ ਕਰਦੇ, ਭਜਨ ਵਿੱਚ ਹੀ ਅੱਡੇ ਪੈ ਰਹਿੰਦੇ। ਉਹ ਮਾਇਆ ਕਰਕੇ ਆਲੇ ਦੁਆਲੇ ਬੜਾ ਫੈਲਾ ਰਹਿਣਾ, ਕਈਆਂ ਦੇ ਮਨ ਵਿੱਚ ਗਲਤ ਖਿਆਲ ਚੱਲਿਆ ਜਾਣਾ। ਇਹ ਮਹਾਂਪੁਰਖਾਂ ਨੂੰ ਸ਼ਾਇਦ ਮਾਇਆ ਨਾਲ ਇੰਨਾ ਪਿਆਰ ਹੈ, ਪਰ ਜਿਹੜੀਆਂ ਸੰਗਤਾਂ ਵੇਖਦੀਆਂ ਮਾਇਆ ਨਾਲ ਉਹਨਾਂ ਦਾ ਕੋਈ ਵੀ ਲਗਾ ਨਹੀਂ ਸੀ, ਉਹ ਸੇਵਾ ਵਿੱਚ ਹੀ ਲਾਈ ਜਾਂਦੇ ਅੱਠੇ ਪੈਰ ਅੱਠੇ ਪੈਰ। ਵੱਡੇ ਵੱਡੇ ਲੰਗਰ, ਵੱਡੇ ਵੱਡੇ ਸੇਵਾਵਾਂ ਲੋੜਵੰਦਾਂ ਦੀ, ਗਰੀਬਾਂ ਦੀ। ਸੋ ਐਸੇ ਜਿਹੜੇ ਸਤਪੁਰਸ਼ ਹੁੰਦੇ ਹੈ, ਪ੍ਰਭੂ ਦੇ ਪਿਆਰੇ ਹੁੰਦੇ ਹੈ, ਉਹ ਵਾਹਿਗੁਰੂ ਦੀ ਮਾਇਆ ਸਮਝ ਕੇ ਸੇਵਾ ਵਿੱਚ ਹੀ ਖਰਚ ਕਰਦੇ ਆ, ਸਫਲੀ ਕਰਦੇ। ਸੋ ਸਾਧ ਸੰਗਤ ਜੀ ਦੂਸਰੇ ਬੰਦੇ ਮੈਂ ਲੋਭੀ ਹੈ, ਉਹ ਮਾਇਆ ਦੀ ਦੌੜ ਵਿੱਚ ਹੀ ਲੱਗਾ ਰਹਿੰਦਾ ਹੈ। ਅੰਤ ਸਾਖ ਕਾਹੂ ਨਹੀਂ ਦੀਨਾ, ਮਹਾਰਾਜ ਕਹਿੰਦੇ ਅੰਤ ਨੂੰ ਕਿਸੇ ਨੇ ਸਾਥ ਨਹੀਂ ਹੈ, ਮਨੁੱਖ ਤੇਰਾ ਦਿੱਤਾ ਹੈ। ਬੰਦਿਆ ਕੀ ਹੋਇਆ, ਮਾਇਆ ਵੀ ਇੱਥੇ ਰਹਿ ਗਈ, ਜਿੰਦਿਆ ਵੀ ਇੱਥੇ ਰਹਿ ਗਈ, ਔਰ ਇਸੇ ਤਰ੍ਹਾਂ ਵਿਸ਼ਿਆਂ ਦੇ ਰਸ ਵੀ ਕੀ ਹਾਲਤ ਬਣੀ। ਫਿਰ ਤਾਂ ਆਪ ਵਧਾਇਆ, ਨਿਸ਼ਫਲ ਆਪਣੇ ਆਪ ਨੂੰ ਬੰਨ ਕੇ ਬੈਠ ਗਿਆ, ਨਾ ਔਗਣਾਂ ਵਿੱਚ ਨਾ ਵਕਾਰਾਂ ਵਿੱਚ, ਨਾ ਹਰ ਭਜਿਓ ਨਾ ਗੁਰ ਜਨ ਸੇਵੇ, ਨਾ ਤਾਂ ਹਰੀ ਵਾਹਿਗੁਰੂ ਦੇ ਨਾਮ ਦਾ ਭਜਨ ਕੀਤਾ। ਭਜਨ ਹੁੰਦਾ ਕੀਰਤਨ ਕਰਨਾ, ਸਿਫਤ ਕਰਨਾ, ਮਹਿਮਾ ਕਰਨੀ, ਮਹਿਮਾ ਦੇ ਸ਼ਬਦ ਪੜ੍ਹਨੇ। ਜਦੋਂ ਗੁਰੂ ਨਾ ਕੋਈ ਬਰਕਤ ਬਖਸ਼ਿਸ਼ ਕਰਦਾ, ਸਾਡੀਆਂ ਮਨ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ, ਉਹ ਕਹਿ ਲਓ, ਫਿਰ ਗੁਰੂ ਦਾ ਸ਼ੁਕਰਾਨਾ ਕਰਨਾ, ਨਾ ਸ਼ੁਕਰੇ ਨਹੀਂ ਹੋਣਾ, ਜਿਹੜਾ ਸ਼ੁਕਰ ਕਰਨਾ ਇਹਨੂੰ ਭਜਨ ਕਿਹਾ ਜਾਂਦਾ। ਕਹਿੰਦੇ ਵਾਹਿਗੁਰੂ ਦੇ ਨਾਮ ਦਾ ਭਜਨ ਨਹੀਂ ਕੀਤਾ, ਉਹਦੀ ਸਿਰਫ ਸਲਾਹ ਨਹੀਂ। ਨਾ ਹਰ ਭਜਿਓ ਨਾ ਗੁਰ ਜਨ ਸੇਵੇ, ਨਾ ਗੁਰੂ ਦੇ ਦਰ ਦੀ ਸੇਵਾ ਕੀਤੀ, ਨਾ ਟੋਕਰੀ ਢੋਈ, ਨਾ ਇੱਟਾਂ ਢੋਈਆਂ, ਨਾ ਕਹੀ ਨਾਲ ਪੁੱਟੀ, ਨੀਹਾਂ ਦੀ ਖੁਦਾਈ ਨਹੀਂ ਕੀਤੀ, ਨਾ ਮਿੱਟੀ ਚੁੱਕੀ, ਨਾ ਚੜਾਈ ਵਿੱਚ ਆਪਣਾ ਸਰੀਰ ਸਫਲਾ ਕੀਤਾ। ਹਸਤੋ ਪਵਿੱਤਰੋ ਜਦੀ ਦਾਨ ਪੁੰਨਿਅਮ, ਪਾਵੋ ਪਵਿੱਤਰੋ ਜਦੀ ਤੀਰਥ ਯਾਤਰਾ, ਵਾਕਿਅਮ ਪਵਿੱਤਰਮ ਜਦੀ ਰਾਮ ਨਾਮ, ਹਿਰਦਿਅਮ ਪਵਿੱਤਰਮ ਜਦੀ ਬ੍ਰਹਮ ਨਿਸ਼ਠਾ। ਗੁਰੂ ਦੇ ਦਰ ਦੀ ਸੇਵਾ ਕੀਤੀ। ਜਾਨਕੀ ਨੂੰ ਕਿਹਾ ਵਾਹਿਗੁਰੂ ਦੇ ਪਿਆਰੇ ਸੰਤ ਬਾਬਾ ਗੁਰਬਚਨ ਸਿੰਘ ਜੀ ਉਪਲਹੇੜੀ ਵਾਲੇ, ਐਸੇ ਮਹਾਂਪੁਰਖਾਂ ਦੀ ਵੀ ਸੇਵਾ ਨਹੀਂ ਕੀਤੀ, ਉਹਨਾਂ ਦੀ ਸੇਵਾ ਤੋਂ ਵਰੋਸਾਇਆ ਨਹੀਂ ਗਿਆ। ਬਾਬਾ ਪਾਲ ਸਿੰਘ ਜੀ ਨੇ ਸੇਵਾ ਕੀਤੀ, ਭਾਈ ਨਿਰਮਲ ਸਿੰਘ ਜੀ ਬਹੁਤ ਸਿੰਘ ਕਰਿਆਲ ਸਾਹਿਬ ਬੈਠੇ ਹੈ, ਤੁਸੀਂ ਸਾਰਿਆਂ ਨੇ ਸੇਵਾਵਾਂ ਕੀਤੀਆਂ, ਤੁਸੀਂ ਧੰਨਤਾ ਦੇ ਯੋਗ। ਜਨ ਪਿਆਰਿਆਂ ਦੀ ਸੇਵਾ ਕਰ, ਉਹਨਾਂ ਦੀ ਵੀ ਸੇਵਾ ਨਹੀਂ ਕੀਤੀ ਹੈ। ਬੰਦੇ ਨਹਿ ਉਪਜੋ ਕਛੁ ਗਿਆਨਾ, ਵਾਹਿਗੁਰੂ ਦੇ ਮਿਲਾਪ ਦਾ ਗਿਆਨ ਇਸੇ ਕਰਕੇ ਤੇਰੇ ਹਿਰਦੇ ਵਿੱਚ ਪੈਦਾ ਨਹੀਂ ਹੋਇਆ। ਬ੍ਰਹਮ ਗਿਆਨ, ਬ੍ਰਹਮ ਗਿਆਨ, ਕਈ ਬੜੇ ਬ੍ਰਹਮ ਗਿਆਨ ਵੰਡਣ ਵਾਲੇ ਬੈਠੇ ਹੈ। ਇਹ ਭਜਨ ਤੋਂ ਬਿਨਾਂ, ਗੁਰੂ ਦੀ ਸੇਵਾ ਕਰਨ ਤੋਂ ਬਿਨਾਂ, ਪ੍ਰਭੂ ਪਿਆਰਿਆਂ ਦੀ ਸੇਵਾ ਤੋਂ ਬਿਨਾਂ ਨਹੀਂ ਮਿਲਦੀਆਂ ਇਹ ਦਾਤਾਂ। ਇਹ ਬਹੁਤ ਕਠਿਨ ਹਨ, ਮਹਾਰਾਜ ਇੱਥੇ ਯੁਕਤੀ ਦੱਸ ਰਹੇ ਆ ਉਪਦੇਸ਼ ਵਿੱਚ, ਤੇ ਭਾਲਦਾ ਮਹਾਰਾਜ ਕਹਿੰਦੇ ਤੂੰ ਬ੍ਰਹਮ ਗਿਆਨ ਆ, ਉਹ ਕਿੱਥੋਂ ਪੈਦਾ ਹੋਣਾ, ਜਿਹੜੇ ਕਾਰਜ ਜਿਹੜੀ ਗੁਰਮਤ ਨੂੰ ਪ੍ਰਾਪਤ ਕਰਕੇ ਕਰਨੇ ਸਨ ਉਹ ਤਾਂ ਕੀਤੇ ਨਹੀਂ ਹਨ। ਘਟ ਹੀ ਮਾਹੇ ਨਿਰੰਜਨ ਤੇਰਾ, ਤੇਰੇ ਹਿਰਦੇ ਵਿੱਚ ਤੇਰੇ ਅੰਦਰੀ ਮਾਇਆ ਕਾਲਕ ਤੋਂ ਰਹਿਤ ਸ਼ੁੱਧ ਸਰੂਪ ਵਾਹਿਗੁਰੂ ਵਸਦਾ ਹੈ। ਜੈ ਖੋਜਤ ਤੁਧਿਆਨਾ,
ਜੰਗਲਾਂ ਵਿੱਚ ਲੱਭਦਾ ਫਿਰਦਾ ਜੋਗੀ ਬਣ ਕੇ, ਜਲ ਧਾਰੇ ਕਰਦਾ ਫੁੱਟੇ ਲਟਕਦਾ ਰੇ ਮਨਾਏ ਸੋ ਕਰ ਸੰਨਿਆਸਾ, ਮਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ, ਜਦਕੀ ਡਟਾ ਜੋਗ ਕੋ ਮੰਜਨ ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸੋ ਨਾਮ ਵੇ ਭੂਤ ਲਗਾਓ। ਉਹ ਜੋਗ ਨਹੀਂ ਕਮਾਇਆ, ਹਿਰਦੇ ਵਿੱਚ ਹੀ ਪਰਮੇਸ਼ਰ ਸੀ, ਪਾਣੀ ਧਰਤੀ ਦੇ ਵਿੱਚ ਹੀ ਹੈ, ਪਰ ਬੋਰ ਕਰਕੇ ਨਲਕੇ ਦੇ ਪੈਰ ਪਾ ਕੇ ਉੱਤੋਂ ਪਾਣੀ ਪਾਵਾਂਗੇ ਤਾਂ ਥੱਲੇ ਵਾਲਾ ਬਾਹਰ ਆਵਾਂ, ਤਾਂ ਅੰਦਰਲਾ ਵਾਹਿਗੁਰੂ ਦੇ ਸਰੂਪ ਦਾ ਬ੍ਰਹਮ ਗਿਆਨ ਪ੍ਰਗਟ ਹੋਣਾ, ਜੇ ਹਰੀ ਦੇ ਨਾਮ ਦਾ ਭਜਨ ਕਰੇਗਾ, ਗੁਰੂ ਦੇ ਦਲ ਦੀ ਸੇਵਾ ਕਰੇਗਾ, ਪ੍ਰਭੂ ਦੇ ਪਿਆਰਿਆਂ ਦੀ ਸੇਵਾ ਕਰੇਗਾ, ਤਾਂ ਫਿਰ ਤੇਰੇ ਹਿਰਦੇ ਵਿੱਚੋਂ ਵਾਹਿਗੁਰੂ ਦਾ ਸ਼ੁੱਧ ਸਰੂਪ ਦਾ ਗਿਆਨ ਪੈਦਾ ਹੋਵੇਗਾ। ਲੱਭਦਾ ਫਿਰਦਾ ਜੰਗਲਾਂ ਵਿੱਚ, ਲੱਭਦਾ ਫਿਰਦਾ ਦੰਭੀਆਂ ਪਖੰਡੀਆਂ ਕੋਲੇ, ਲੱਭਦਾ ਫਿਰਦਾ ਥਾਂ ਥਾਂ ਤੂੰ ਟੱਕਰਾਂ ਮਾਰਦਾ ਫਿਰਦਾ,